ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵੇਖਾਂ ਤੁਹਾਡੀ ਹੋਸਟ ਅਣੀ ਮਕਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਰਸੰਦਰ ਦੇ ਸੰਚਾਲਕ ਡਾਕਟਰ ਮਰਜੀਤ ਸਿੰਘ ਜੀ ਸਟੂਡੀਓ ਵਿੱਚ ਮਿਲਣਾ ਸ਼ਾਮ ਨੂੰ ਲੈ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ 'ਤੇ ਉਹਨਾਂ ਤੋਂ ਉਹਨਾਂ ਦਾ ਤਜ਼ਰੀਆ ਚਾਹੁੰਦੇ ਆਂ ਜੀ ਰਾਤ ਸਭ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲਾਮੁਅਲੈਕਮ ਜੀ ਰਾਤ ਸਭ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਰਾਤ ਸਭ ਅੱਜ 5 ਅਪ੍ਰੈਲ 2021 22 ਚੇਤ ਨਾਨਕ ਸ਼ਹੀਦ ਸਮਤ 553 ਦਾ ਦਿਨ ਹੈ ਕਦਰਸਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇਪਨ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾਸੀ ਵਿਊਅਰਜ਼ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਲ ਕੇਨੈਡਾ, ਰੋਕ ਚਾਤੂ ਬਾਕਸ ਸੱਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਜ਼ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਮਤਵਦਾਰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ viewers ਹੁਣ ਅਸੀਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਸੋ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੇ ਐਮਿਸ਼ੂ ਵਿੱਚ ਅੱਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਮੋਰਚੇ ਅਤੇ ਭਾਰਤ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਰਾ ਫੇਲ ਸਕੈਂਡਲ ਦੀ ਜਿਹੜੀ ਖਬਰ ਨੇ ਮੋਦੀ ਸਰਕਾਰ ਦੇ ਕਰਪਟ ਫੇਸ ਨੂੰ ਇੱਕ ਵਾਰ ਫਿਰ ਬੇਨਕਾਬ ਕੀਤਾ ਹੈ। ਸੋ ਫਰਾਂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਫੇਲ ਡੀਲ ਲਈ ਇੱਕ ਭਾਰਤੀ ਵਿਚੋਲੇ ਨੂੰ 11 ਮਿਲੀਅਨ ਯੂਰੋ ਡਾਲਰ ਅਦਾ ਕੀਤੇ ਗਏ। ਯਾਦ ਰਹੇ ਕੇ 2017 ਵਿੱਚ ਆ ਰਫੇਲ ਕ腐ਸ਼ਨ ਕੇਸ ਜਦੋਂ ਸੁਪਰੀਮ ਕੋਰਟ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਸੁਪਰੀਮ ਕੋਰਟ ਦੇ ਜਸਟਿਸ ਰੰਜਨ ਗੋਗੋਈ ਨੇ ਇਸ ਨੂੰ ਰਫਾ ਦਫਾ ਕੀਤਾ ਸੀ ਸੋ ਬਾਅਦ ਵਿੱਚ ਇਨਾਮ ਦੇ ਤੌਰ ਤੇ ਰਿਟਾਇਰਮੈਂਟ ਤੋਂ ਬਾਅਦ ਰੰਜਨ ਗੋਗੋਈ ਨੂੰ ਰਾਜ ਸਭਾ ਦਾ ਜਿਹੜਾ ਮੈਂਬਰ ਹੈ ਉਹ ਨਾਮਿਨੇਟ ਕੀਤਾ ਗਿਆ ਸੀ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜੋ ਵੀਕੈਂਡ ਜਾਂ اہم خبرਾਂ ਨੇ اس بارے بھی ਆਪਾਂ ਵਿਚਾਰ چرچا کریں گے سو اسی چاہو گے کہ ਤੁਸੀਂ انا اس طرح ہی बने रहना देखना सुननी ਤੁਹਾਡਾ ਸਭ ਦਾ ਬਹੁਤ ਬਹੁਤ شکریہ ਜੀਰਾ ਸਾਹਿਬ ਕੀ ਵਿਚਾਰ ਹਨ ਅ ਦੇਖੋ فرائیڈے ਤੋਂ ਬਾਅਦ ਜਦੋਂ ਲਗਭਗ 3 ਦਿਨ ਬਾਅਦ ਅਸੀਂ پروگرام ਕਰਦੇ ਹਾਂ ਤੇ کافی ਕੁਝ ਵੀਕਐਂਡ 'ਚ ਵੀ ਵਾਪਰਿਆ ਹੁੰਦਾ ਹੈ ਬਿਲਕੁਗ ਖਬਰਾਂ ਦਾ کافی ਜਿਹੜਾ ਉਹ ਪਲੰਦਾ ਇਕੱਠਾ ਹੋਇਆ ਹੁੰਦਾ ਤੇ ਸਾਨੂੰ ਇਹ ਵੀ ਹੁੰਦਾ ਹੈ ਕਿ ਬਈ ਜਿਹੜੀ ਵਕਤ ਦੇ ਵਿੱਚ ਵੀ ਗੱਲ ਕਰਨੀ ਹੈ ਪਰ ਥੋੜਾ ਥੋੜਾ ਅਸੀਂ ਤਾਜਬੇਸ ਕਰਾਂਗੇ ਬੇਸ਼ੱਕ ਇਸ ਫੇੜੇ ਜਿਹੜੀ ਸਭ ਤੋਂ ਜ਼ਿਆਦਾ ਗਰਮ ਖਬਰ ਹੈ ਤੁਸੀਂ ਜਿਵੇਂ ਦੱਸਿਆ ਆ ਕਿ ਫ੍ਰੈਂਚ ਨਿਊਜ਼ ਪੇਪਰਸ ਉਹ ਵੀ ਫ੍ਰੈਂਚ ਦੀ ਫ੍ਰਾਂਸ ਦੀ ਕ੍ਰੈਡੀਬਲ ਜਿਹੜੀ ਕਰਪਸ਼ਨ ਦੇ ਉੱਤੇ ਅੱਖ ਰੱਖਣ ਵਾਲੀ ਉਹਨਾਂ ਦੀ ਬਾਡੀ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਰਾਹੀਂ ਇਹ ਸਾਹਮਣੇ ਆਇਆ ਕਿ ਕਿਵੇਂ 11 ਮਿਲੀਅਨ ਯੂਰੋ ਇੱਕ ਉਸ ਬੰਦੇ ਨੂੰ ਵਿਚੋਲੇ ਨੂੰ ਹੀ ਦਿੱਤੇ ਗਏ ਜਿਸ ਨੂੰ ਆਲਰੇਡੀ ਮੋਦੀ ਸਰਕਾਰ ਨੇ ਉਸ ਤੋਂ ਪਹਿਲਾਂ ਰਾਜੀਵ ਗਾਂਧੀ ਦੇ ਜ਼ਮਾਨੇ 'ਚ ਜਿਹੜੇ ਆਗਸਟਾ ਹੈਲੀਕਾਪਟਰ ਸਕੈਂਡਲ ਦੇ ਵਿੱਚ ਈਵਨ ਫੜਿਆ ਵੀ ਸੀ ਬਾਅਦ 'ਚ ਉਹਦੀ ਬੇਲ ਹੋਈ ਪਰ ਇਸ ਗੱਲ ਨੇ ਸਾਹਮਣੇ ਲੈ ਆਂਦਾ ਹੈ ਕਿ ਵੀ ਜਿਹੜਾ ਮੋਦੀ ਦਾ ਇਹ ਫੋਕਾ ਜਿਹਾ ਦਾਵਾ ਸੀ ਕਿ ਨਾ ਖਾएंगे ਨਾ ਖਾਣੇ ਦੇਣਗੇ ਉਹ ਖਾ ਵੀ ਰਹੇ ਨੇ ਤੇ ਖਵਾ ਵੀ ਰਹੇ ਨੇ ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ 60 ਹਜ਼ਾਰ ਕਰੋੜ ਦੀ ਡੀਲ ਕਿਵੇਂ ਮੋਦੀ ਦੇ ਯਾਰ ਜਿਹੜਾ ਉਹ ਅਡਾਨੀ ਦੇ ਟੱਬਰ ਨੂੰ ਮਿਲਦੀ ਹੈ ਪਰ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਹੜੀ ਖਬਰ ਅੱਜ ਜਿਸ ਨੇ ਭਾਰਤ ਦੇ ਸਾਰੇ ਸਿਕਿਉਰਿਟੀ ਸਿਸਟਮ ਨੂੰ ਵੀ ਐਕਸਪੋਜ਼ ਕੀਤਾ ਔਰ ਇਹ ਜਿਹੜਾ ਰਾਗ ਲਗਾਤਾਰਤਾ ਨਾਲ ਹਿੰਦੂ ਤੋਂ ਵੀ ਅਖੰਡ ਭਾਰਤ ਅਖੰਡ ਭਾਰਤ ਦਾ ਲਾਪਦੇ ਨੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਇਹ ਘਟਨਾ ਦੱਸਦੀ ਹੈ ਕਿ ਕਿਵੇਂ ਭਾਰਤ ਅਖੰਡ ਨਹੀਂ ਖੰਡ ਖੰਡ ਹੋਣ ਵੱਲ ਵੱਧ ਰਿਹਾ ਖੰਡ ਹਿੰਦੀ ਦੇ ਵਿੱਚ ਟੁਕੜੇ ਨੂੰ ਵੀ ਕਹਿੰਦੇ ਨੇ ਤੇ ਭਾਈ ਇਹ ਕਿਵੇਂ ਟੁਕੜਿਆਂ ਵੱਲ ਵੱਧ ਰਿਹਾ ਵੈਸੇ ਰਿਹਾ ਹੀ ਹਮੇਸ਼ਾ ਟੁਕੜਿਆਂ ਚ ਹੈ ਜੇ ਦੇਖਿਆ ਜਾਏ ਤੇ ਠੀਕ ਹੈ 3000 ਸਾਲ ਪਹਿਲਾਂ ਜੇ ਕਿਸੇ ਵੇੜੇ ਜਾਂ ਕਿਸੇ ਨਾਲ ਜੋੜ ਕੇ ਕਦੇ ਅਸ਼ੋਕ ਨਾਲ ਜੋੜ ਕੇ ਜਾਂ ਚੰਦਰਗੁਪਤ ਮੋਰੀਆ ਨਾਲ ਉਹ ਵੀ ਕੰਕਰਿੰਗ ਆਫ ਦਾ ਟੈਰੀਟਰੀਜ਼ ਸੀ ਜਿੰਨੀ ਦੇਰ ਜ਼ੋਰ ਸੀ ਜਿੰਨੀ ਦੇਰ ਉਹ ਰਹਿੰਦੇ ਸੀ ਜਦੋਂ ਉਹਨਾਂ ਦਾ ਪੈਂਦਾ ਸੀ ਉਹਨਾਂ ਚੋਂ ਬਗਾਵਤ ਹੋ ਜਾਂਦੀ ਸੀ ਫਿਰ ਅਸੀਂ ਦੇਖਦੇ ਹਾਂ ਕਿ ਮੁਗਲਾਂ ਦੇ ਵੇਲੇ ਉਹਨਾਂ ਨੇ ਵੀ ਤਾਕਤ ਦੇ ਜ਼ੋਰ ਨਾਲ ਅਡ-ਅਡ ਥਾਵਾਂ ਦੇ ਉੱਤੇ ਅਡ-ਅਡ ਰਿਆਸਤਾਂ ਨੂੰ ਆਪਣੇ ਥੱਲੇ ਲਿਆਂਦਾ ਉਹਦੇ 'ਚ ਵੀ ਇਹ ਭਾਰਤ ਦੱਖਣ ਦਾ ਭਾਰਤ ਜਿਵੇਂ ਤਾਮਿਲਨਾਡ ਹੈ, ਕੇਰਲ ਹੈ ਜਾਂ ਆਂਧਰਾ ਦਾ ਇੱਕ ਹਿੱਸਾ ਹੈ ਉਹ ਉਹਦਾ ਹਿੱਸਾ ਨਹੀਂ ਸੀ। ਅੰਗਰੇਜ਼ਾਂ ਨੇ 200 ਸਾਲ ਦਾ ਵਕਤ ਲਿਆ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ 1776 ਦੀ ਜਿਹੜੀ ਹੈ ਉਹ ਪਲਾਸੀ ਦੀ 1757 ਦੀ ਪਲਾਸੀ ਦੀ ਲੜਾਈ ਤੋਂ ਲੈ ਕੇ ਜਿਵੇਂ ਲਾਸਟ ਦੇ ਵਿੱਚ ਪੰਜਾਬ 1859 ਦੇ ਵਿੱਚ ਜਿਹੜਾ ਉਹਨਾਂ ਨੇ ਐਨੈਕਸ ਕੀਤਾ ਸੋ ਇਹ ਇਨਾਂ ਹੀ ਨੇ ਇਹਨੂੰ ਟੁਗੇਦਰ ਜਾਂ ਬ੍ਰਿਟਿਸ਼ ਦੀ ਇਹਨੂੰ ਐਡਮਿਨਿਸਟ੍ਰੇਟਿਵ ਯੂਨਿਟ ਤੁਸੀਂ ਕਹਿ ਸਕਦੇ ਹੋ ਨਾ ਹੀ ਈਮੋਸ਼ਨਲੀ ਨਾ ਹੀ ਕਲਚਰਲੀ ਨਾ ਹੀ ਤੇਹਜ਼ੀਬੀ ਤੌਰ ਤੇ ਨਾ ਹੀ ਜ਼ਬਾਨ ਦੇ ਤੌਰ ਤੇ ਨਾ ਹੀ ਮਜ਼ਹਬ ਦੇ ਤੌਰ ਤੇ ਕਦੇ ਵੀ ਇਹਨਾਂ ਦਾ ਕੋਈ ਆਪਸ ਦੇ ਵਿੱਚ ਸਾਂਝ ਨਹੀਂ ਰਹੀ ਪਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਅੱਜ ਦੇ ਦੌਰ 'ਚ ਵੀ ਦੇਖਦੇ ਹਾਂ ਹੁਣ ਤਾਮਿਲਨਾਡ ਦੇ ਪੰਜ ਸੂਬਿਆਂ ਦੇ ਵਿੱਚ ਚੋਣਾ ਚੱਲ ਰਹੀ ਹੈ ਔਰ ਇਹ ਭਾਜਪੀ ਦੇ ਜਿੰਨੇ ਕੁ ਵੀ ਮੋਦੀ ਅਮਿਤ ਸ਼ਾ ਜਿੱਥੇ-ਜਿੱਥੇ ਵੀ ਪ੍ਰਚਾਰ ਕਰ ਰਹੇ ਨੇ ਉਹ ਉੱਥੇ ਜਾ ਕੇ ਉਹੀ ਗੱਲ ਕਹਿੰਦੇ ਨੇ ਜੋ ਉਹਨਾਂ ਲੋਕਾਂ ਨੂੰ ਜਿਹੜੀ ਹੈ ਉਹ ਦੱਸਣਾ ਚਾਹੁੰਦੇ ਨੇ ਆਪਣੀਆਂ ਵੋਟਾਂ ਲੈਣ ਲਈ ਉਹਨਾਂ ਤੋਂ ਹੁਣ ਕੇਰਲਾ ਦੇ ਵਿੱਚ ਜਾ ਕੇ ਇਹ ਨਹੀਂ ਕਹਿਣਗੇ ਕਿ ਜੇ ਅਸੀਂ ਕਾਨੂੰਨ ਬਣਾਵਾਂਗੇ ਕਿ ਗਊ ਮਾਤਾ ਹੈ ਔਰ ਕਿਸੇ ਨੂੰ ਵੀ ਬੀਫ ਖਾਣ ਦੀ ਇਜਾਜ਼ਤ ਨਹੀਂ ਹੋਏਗੀ ਕਿਉਂਕਿ ਕੇਰਲਾ ਦੇ ਹਿੰਦੂ ਵੀ ਬੀਫ ਖਾਂਦੇ ਨੇ ਉੱਥੇ ਵੱਡੀ ਆਬਾਦੀ 크ਿਸਚੀਅਨਸ ਔਰ ਮੁਸਲਮਾਨਾਂ ਦੀ ਹੈ ਹੁਣ ਉੱਥੇ ਉਹਨਾਂ ਦਾ ਉਹ ਚੁੱਪ ਕਰ ਜਾਂਦਾ ਹੈ ਤਮਿਲ ਬਾਕੀ ਚ ਹਿੰਦੀ ਹਿੰਦੀ ਕੂਕਣਗੇ ਹਿੰਦੂ ਹਿੰਦੀ ਹਿੰਦੁਸਤਾਨ ਦੇ ਥੱਲੇ ਤਮਿਲਨਾਡ ਚ ਜਾ ਕੇ ਉਹਨਾਂ ਨੂੰ ਪਤਾ ਹੈ ਉੱਥੇ ਵੀ ਵੋਟਾਂ ਪੈ ਰਹੀਆਂ ਨੇ ਉੱਥੇ ਉਹ ਹਿੰਦੀ ਦੀ ਗੱਲ ਨਹੀਂ ਕਰਨਗੇ ਉੱਥੇ ਅਖੰਡ ਭਾਰਤ ਦੀ ਗੱਲ ਵੀ ਉਹਵੇਂ ਨਹੀਂ ਕਰਨਗੇ ਕਹਿਣਗੇ ਜੀ ਦੇਖੋ ਦਰਾਵੜ ਲੈਂਗੁਏਜ ਵੀ ਕਿੰਨੀ ਕਲਾਸਿਕ ਲੈਂਗੁਏਜ ਹੈ ਔਰ ਉੱਥੇ ਕਾਮਲ ਹਸਨ ਨਾਮ ਦਾ ਇੱਕ ਫਿਲਮੀ ਇਹ ਜਿਹੜਾ ਬਹੁਤ ਪਪੂਲਰ ਹੈ ਕਿਉਂਕਿ ਤਾਮਿਲਨਾਡ ਦੀ ਇਹ ਵੀ ਹਿਸਟਰੀ ਚ ਹੈ ਕਿ ਉੱਥੇ ਅ ਬਿਸ਼ੱਕ 20th ਸੈਂਚਰੀ ਦੀ ਬਿਗਨਿੰਗ ਚ ਜਿਹੜੀਆਂ ਚੇਂਜੇਸ ਨੇ ਜਿਨੇ ਦਰਾਵੜ ਸੁਸਾਇਟੀ ਨੂੰ ਬ੍ਰਾਹਮਣ ਔਰ ਨਾਨ ਬ੍ਰਾਹਮਣ ਕਿਉਂਕਿ ਨਾਨ ਬ੍ਰਾਹਮਨਸ ਨੇ ਰੀਲਾਈਜ਼ ਕੀਤਾ ਕਿ ਕਿਵੇਂ ਬ੍ਰਾਹਮਣ ਡੋਮੀਨੇਟ ਕਰਦੇ ਨੇ ਔਰ ਵਰਸਟ ਫਾਰਮ ਤਾਮਿਲਨਾਡ ਚ ਕਾਸਟ ਸਿਸਟਮ ਸੀ ਔਰ ਅਜ ਵੀ ਹੈ ਲੇਕਿਨ ਇਹ ਜਿਹੜਾ ਪਰਿਆਰ ਨੇ ਆਪਣੀ ਆਵਾਜ਼ ਚੁੱਕੀ ਫਿਰ ਅਨਾ ਦੁਰਾਈ ਆਇਆ ਔਰ ਲੇਟਰ ਔਨ ਕਰਨਾ ਨਿਧੀ اور ਰਾਜੂ ਦਾ ਲੜਕਾ ਸਟਾਲਿਨ اور ਦੂਸਰਾ ਜਿਨ੍ਹਾਂ ਨੇ ਡੀਐਮਕੇ ਪਾਰਟੀ ਫਿਰ ਐਮਜੀ ਰਾਮਾਚੰਦਰਨ ਆਇਆ ਉਹਨੇ ਅਨਾ ਡੀਐਮਕੇ ਬਣਾਈ ਪਰ ਉਹ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਸੀ ਇਹ ਦਰਾਵੜ ਕਲਚਰ ਦਰਾਵੜ ਸਿਵਲਾਈਜੇਸ਼ਨ ਔਰ ਉਹਨਾਂ ਦੀ ਤਾਮਿਲ ਲੈਂਗੁਏਜ ਇਸ ਦੇ ਯੂਨੀਕ ਹੋਣ ਔਰ ਹਿੰਦੂ ਤਵਾ ਦੇ ਇੰਪੈਕਟ ਤੋਂ ਮੁਕਤ ਹੋਣ ਬ੍ਰਾਹਮਣਵਾਦ ਤੋਂ ਛੁਟਕਾਰਾ ਪਾਣ ਦੇ ਨਾਂ ਥੱਲੇ ਸੀ ਹੁਣ ਉਥੇ ਵੜਨਾ ਚਾਹੁੰਦੇ ਨੇ ਇਨਾਂ ਨੂੰ ਇਹ ਲੱਗਦਾ ਹੈ ਕਿ ਵੀ ਕਲਚਰਲੀ ਤੁਸੀਂ ਡਿਵਾਈਡ ਨਹੀਂ ਕਰ ਸਕਦੇ ਕੋਈ ਨਾ ਕੋਈ ਹੋਰ ਜਿਹੜਾ ਹੈ ਉਹ ਬ੍ਰਾਹਮਣイズਮ ਦਾ ਨਾਰਾ ਦੇ ਕੇ ਜਾਂ ਇੱਕ ਦੋ ਥਾਵਾਂ ਤੇ ਜਿੱਥੇ ਥੋੜਾ ਇਹਨਾਂ ਦਾ ਸੌਦਾ ਵਿਕਦਾ ਹੈ ਇਹ ਉੱਥੇ ਪੋਲਰਾਈਜ਼ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਵੇਂ ਉਹਨਾਂ ਦਾ ਇੱਕ ਪ੍ਰੋਮਿਨੈਂਟ ਔਰ ਉਹਨਾਂ ਦੀ ਜਿਹੜੀ ਸਾਰੀ ਜੇ ਤੁਸੀਂ ਇਲੈਕਸ਼ਨ ਪੀਰੀਅਡ ਚ ਦੇਖੋ ਤੇ ਜਿਹੜੇ ਫਿਲਮਿੰਗ ਕਲਾਕਾਰ ਨੇ ਜਾਂ ਫਿਲਮੀ ਅਦਾਕਾਰ ਨੇ ਉਹ ਆਲਟੀਮੇਟਲੀ ਸਿਆਸਤ 'ਚ ਵੀ ਕਾਮਯਾਬ ਹੁੰਦੇ ਨੇ ਔਰ ਇਸੇ ਤਰ੍ਹਾਂ ਅਸੀਂ ਦੇਖਿਆ ਕਿ ਭਾਈ ਕਿਵੇਂ ਈਵਨ ਜਿਹੜੀ ਲਾਸਟ ਚੀਫ ਮਿਨਿਸਟਰ ਲੰਬਾ ਵਕਤ ਰਹੀ ਹੈ ਉਹ ਵੀ ਫਿਲਮੀ ਦੁਨੀਆ ਤੋਂ ਆਈ ਹਾਲਾਂ ਬ੍ਰਾਹਮਣ ਬੈਕਗ੍ਰਾਉਂਡ ਸੀ ਲੇਕਿਨ ਉਹਨੇ ਵੀ ਦਰਾਵੜ ਜਿਹੜੀ ਨਾਨ ਬ੍ਰਾਹਮਨਸ ਦੀ ਡੋਮਿਨੈਂਸ ਹੈ ਉਸ ਨੂੰ ਹੀ ਜੈ ਲਲਤਾ ਜੈ ਲਲਤਾ ਨੇ ਵਾਜਪਾਈ ਦੀ ਸਰਕਾਰ ਵੀ ਤੋੜ ਆਈ ਔਰ ਉਹ ਇੱਕ ਆਪਣੀ ਕਿਸਮ ਦੀ ਸੀ ਉਹ ਕਰਪਟ ਵੀ ਸੀ ਲੇਕਿਨ ਕਾਰਡ ਉਹਨੇ ਕਦੇ ਵੀ ਬ੍ਰਾਹਮਣ ਵਾਲਾ ਪਲੇ ਨਹੀਂ ਕੀਤਾ ਅਖੀਰ ਚ ਜਾਂਦੇ ਆ ਪੁਜਾਰੀਆਂ ਨੂੰ ਜਾਂ ਥੋੜਾ ਬਹੁਤ ਕਰਨ ਦਾ ਪਰ ਹੁਣ ਜਿਵੇਂ ਕਮਾਲ ਹਸਨ ਇਹ ਵੀ ਅਜੇ ਉਹਦੀ ਨਵੀਂ ਐਂਟਰੀ ਆ ਇੱਕ ਅੱਧੀ ਵਾਰੀ ਅੱਗੇ ਆਇਆ ਔਰ ਆਪਣਾ ਉਹਨੇ ਕਿਹਾ ਕਿ ਵੀ ਜੇ ਜਿਹੜਾ ਉਹ ਹਿੰਦੂਤਵਾ ਜਾਂ ਅਖੰਡ ਭਾਰਤ ਦੀ ਗੱਲ ਹੋ ਸਕਦੀ ਹੈ ਤੇ ਮੈਂ ਅਖੰਡ ਦਰਾਬੜਵਾਦ ਦੀ ਗੱਲ ਕਿਉਂ ਨਹੀਂ ਕਰ ਸਕਦਾ ਹਾਂ ਉਹਦਾ ਕਹਿਣਾ ਹੈ ਕਿ ਵੀ ਅਲਟੀਮੇਟਲੀ ਅਸੀਂ ਜਿਹੜੀਆਂ ਦਰਾਬੜ ਸਿਵਲਾਈਜੇਸ਼ਨ ਦੀਆਂ ਸਟੇਟਾਂ ਹੈ ਜਿਨ੍ਹਾਂ ਦਾ ਵੀ ਤਾਮਿਲਨਾਡ ਹੈ ਆਂਧਰਾ ਹੈ ਤੇਲੰਗਾਨਾ ਹੈ ਔਰ ਕੇਰਲ ਹੈ ਔਰ ਕਰਨਾਟਕ ਹੈ ਇਹਨਾਂ ਦੀਆਂ ਜਿਹੜੀਆਂ ਲੈਂਗੁਏਜਸ ਨੇ ਉਹ ਤਾਮਿਲ ਹੋਏ ਤੇਲਗੂ ਹੋਏ ਕੰਨੜ ਹੋਏ ਮਲਿਆਲਮ ਹੋਏ ਇਹਨਾਂ ਦਾ ਕੋਈ ਸਬੰਧ ਨਹੀਂ ਹੈ ਨਾਰਥ ਦੀਆਂ ਲੈਂਗੁਏਜਸ ਜਿਨ੍ਹਾਂ ਦਾ ਬੇਸ ਪਉਤੀਆਂ ਦਾ ਸੰਸਕ੍ਰਿਤ ਨਾਲ ਜਾ ਕੇ ਜੁੜਦੇ ਸੋ ਇੱਕ ਪਾਸੇ ਇਹ ਰੈਵੋਲੂਸ਼ਨ ਸਾਈਲੈਂਟਲੀ ਚੱਲ ਰਿਹਾ ਹੈ ਜੇ ਇੱਕ ਇਸ ਲੈਵਲ ਦਾ ਔਰ ਜਿਹੜਾ ਬੇਸ਼ੱਕ ਇਸ ਇਲੈਕਸ਼ਨ ਕੋ ਉਦੀ ਮੈਜੋਰਟੀ ਨਾ ਬਣੇ ਪਰ ਉਹ ਇੱਕ ਸਾਈਜ਼ੇਬਲ ਇਨਫਲੂਐਂਸ ਰੱਖਦਾ ਹੈ ਜਿੱਥੇ ਕਿ ਦਰਾਵੜ ਕਲਚਰ ਨੂੰ ਡੋਮਿਨੇਟ ਕਰਵਾਉਣ ਦੀ ਲਾਈਨ ਹੈ ਇੱਕ ਡਿਫਰੈਂਟ ਐਂਗਲ ਤੋਂ ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਜ਼ਾਰ ਹੈ ਕਿ ਕਸ਼ਮੀਰ ਦੇ ਵਿੱਚ ਤਾਂ ਜੋ ਚੱਲ ਰਿਹਾ ਸੀ ਅਕਸਰ ਡਿਸਕਸ ਕਰਦੇ ਆ ਕਿ ਬੀ ਦੇ باوجود ਕਿ ਉੱਥੇ 3 ਡਰਟੀ ਡੀ ਇਸ ਉਹਨਾਂ ਦੀ ਡਿਲੀਮਿਟੇਸ਼ਨ ਜਿਹੜੀ ਹੈ ਰੀ ਡਿਸਟ੍ਰਿਕਟਿੰਗ ਔਰ ਡੋਮਿਸਾਈਲ ਔਰ ਚੇਂਜਿੰਗ ਡੈਮੋਗ੍ਰਾਫੀ ਬਦਲ ਰਹੇ ਨੇ ਬਟ ਕਸ਼ਮੀਰੀ ਫਾਈਟ ਬੈਕ ਕਰ ਰਹੇ ਨੇ ਆਪਣੀ ਆਇਡੈਂਟੀਟੀ ਦੇ ਲਈ ਪੰਜਾਬ ਦੇ ਵਿੱਚ ਸਿੱਖਾਂ ਦੀ ਸਟਰਗਲ ਜਿਹੜੀ ਅੱਜ ਕਾਫੀ ਕਿਸਾਨ ਸਟਰਗਲ ਨੂੰ ਜਦੋਂ ਹਕੂਮਤ ਦੇਖਦੀ ਹੈ ਤਾਂ ਉਹਨੂੰ ਸਿਕ ਸਟਰਗਲ ਸਮਝਦੀ ਹੈ ਔਰ ਕਿਉਂਕਿ ਹੈਵੀ ਇਸ ਮੂਜੇ ਅੱਜ ਸਿੱਖ ਪਾਸੇ ਹੋ ਜਾਣ ਤੇ ਇਹ ਤਾਸ਼ ਦੇ ਪੱਤੇਆਂ ਵਾਂਗ ਡਿੱਗ ਪਏ ਪਰ ਜਿਹੜਾ ਇੱਕ ਚੈਲੰਜ ਜਿਹੜਾ ਵਕਤਨ ਬਾ ਵਕਤਨ ਜਦੋਂ ਕੋਈ ਵਾਕਿਆ ਹੁੰਦਾ ਹੈ ਤੇ ਦੁਨੀਆ ਨੂੰ ਇਹ ਲੱਗਦਾ ਹੈ ਕਿ ਅੱਛਾ ਇਹ ਵੀ ਕੋਈ ਲਹਿਰ ਹੈ ਹਾਲਾਂ ਬੀਜੇਪੀ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜੇ ਇੰਟੈਲੈਕਚੁਅਲ ਲੋਕ ਜਿਹੜੇ ਟ੍ਰਾਈਬਲਸ ਦੇ ਹੱਕਾਂ ਦੀ ਗੱਲ ਕਰਦੇ ਨੇ ਜਿਹੜੇ ਜਿਵੇਂ ਕਾਰਪੋਰੇਟ ਘਰਾਨੇ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਟ੍ਰਾਈਬਲਸ ਨੂੰ ਬੇਜ਼ਮੀਨੇ ਕਰ ਰਹੇ ਨੇ ਕਿਉਂਕਿ ਉਹਨਾਂ ਜੰਗਲਾਂ ਦੇ ਵਿੱਚ ਜਿੱਥੇ ਕੋਈ ਮਿਨਰਲਸ ਨੇ ਕੁਝ ਹੋਰ ਨੇਚਰਲ ਰਿਸੋਰਸ ਨੇ ਔਰ ਉੱਥੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਕੇ ਉਹਨਾਂ ਦਾ ਮਾਫੀਆ ਜਿਹਦੇ ਵਿੱਚ ਇਹਨਾਂ ਦੀ ਫਿਰ ਪੁਲਿਸ ਔਰ ਦੂਜੀ ਵੀ ਹੈਲਪਫੁਲ ਹੁੰਦੀ ਹੈ ਕਿਉਂਕਿ ਸਾਰੇ ਕਰਪਟ ਕੀਤੇ ਹੋਏ ਨੇ ਕਾਣੇ ਕੀਤੇ ਹੋਏ ਨੇ ਔਰ ਇਹ ਜਿਹੜੀ ਮੂਵਮੈਂਟ ਜਿਹਨੂੰ ਇਹ ਅਰਬਨ ਨਕਸਲ ਕਹਿ ਕੇ ਪੰਡਦੇ ਰਹੇ ਨੇ ਔਰ ਕਿਵੇਂ ਇਹਨਾਂ ਨੇ ਕਈ ਉਹਨਾਂ ਦੇ ਐਕਟਿਵਿਸਟ ਜਿਹੜੇ ਐ ਉਹ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਉਹਨਾਂ ਚ ਪੜ੍ਹੇ ਲਿਖੇ ਲੋਕ ਉਹਨਾਂ ਨੂੰ ਇਹ ਕਹਿ ਕੇ ਜੀ ਵਾਇਲੈਂਸ ਕਰ ਰਹੇ ਨੇ ਹਾਲਾਂ ਉਹ ਸਿਰਫ ਪੀਸਫੁਲ ਤਰੀਕੇ ਨਾਲ ਦੁਨੀਆ ਨੂੰ آگਾਹ ਕਰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਟ੍ਰਾਈਬਲਸ ਜਿਹੜੇ ਨੇ ਉਹਨਾਂ ਨੇ ਇਹਨਾਂ ਦੇ ਅੱਗੇ ਹਥਿਆਰ ਸੁੱਟੇ ਹੋਏ ਨੇ ਉਹ ਵਕਤਨ ਬਾਅਦ ਵਕਤਨ ਕੋਈ ਨਾ ਕੋਈ ਵਾਕਿਆ ਐਸਾ ਕਰਦੇ ਨੇ ਕਿ ਜਿਹਦੇ ਥੱਲੇ ਇਹ ਐਕਸਪੋਜ਼ ਹੋ ਜਾਂਦਾ ਹੈ ਸਿਸਟਮ ਔਰ ਇਹ ਜਦੋਂ ਅਸੀਂ ਇਹਨਾਂ ਦੀ ਜਿਹਨੂੰ ਮੂਵਮੈਂਟ ਨੂੰ ਮਾਓਵਾਦੀ ਨਕਸਲਵਾਦੀ ਜਾਂ ਨਕਸਲਵਾੜੀ ਵੀ ਕਿਉਂਕਿ ਇਸ ਦੀ ਸ਼ੁਰੂਆਤ ਬੇਸ਼ੱਕ ਆਈਡੀਓਲੋਜੀ ਬੇਸ ਮਾਉਧ ਹੈ ਮੌਜੂਦ ਤੁਮ ਚਾਈਨੀਜ਼ ਪਰ ਇਸ ਦੀ ਸ਼ੁਰੂਆਤ ਜਿਹੜੀ ਹੈ ਲੇਟ 60ਸ ਦੇ ਵਿੱਚ ਵੈਸਟ ਬੰਗਾਲ ਦੇ ਇੱਕ ਪਿੰਡ ਨਕਸਲਵਾੜ ਤੋਂ ਹੋਈ ਔਰ ਇਹਦੇ ਦੋ ਵੱਡੇ ਲੀਡਰ ਜਿਹੜੇ ਨਕਸਲਵਾੜੀ ਲਹਿਰ ਦੇ ਸੀ ਇੱਕ ਬੰਗਾਲੀ ਚਾਰੂ ਮਜਮੂਦਾਰ ਔਰ ਇੱਕ ਆਂਧਰਾ ਦਾ ਰਹਿਣ ਵਾਲਾ ਕਾਨੂੰ ਸਾਨਿਆਲ ਔਰ ਇਹਨਾਂ ਦਾ ਜਿਹੜਾ ਫਿਰ ਸਪਰੈਡ ਹੋਇਆ ਹੈ ਇਸ ਵੇਲੇ ਜੇ ਭਾਰਤ ਦੇ 700 ਦੇ ਕਰੀਬ ਜ਼ਿਲ੍ਹੇ ਨੇ ਤੇ ਲਗਭਗ 250 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ 6-7 ਸਟੇਟਾਂ ਨੇ ਇਹਨਾਂ ਚ ਵੈਸਟ ਬੰਗਾਲ ਹੈ ਆਂਧਰਾ ਹੈ ਉਹਨਾਂ ਦੇ ਵਿੱਚ ਬਿਹਾਰ ਹੈ ਉਤਰਾਖੰਡ ਹੈ ਛਤੀਸਗੜ੍ਹ ਹੈ ਔਰ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਇਹਨਾਂ ਦਾ ਕਾਫੀ ਜ਼ੋਰ ਹੈ ਔਰ ਇੱਕ ਸਟੇਜ ਤੇ ਇਹਨਾਂ ਦਾ ਆਪਣਾ ਮੰਨਣਾ ਸੀ ਕਿ ਇਹ ਜਿਹੜਾ ਇੱਕ ਵੱਡਾ ਹਿੱਸਾ অলਮੋਸਟ 1/3 1/3 ਇੰਡੀਆ ਦੇ ਵਿੱਚ ਇਹਨਾਂ ਦਾ ਬੋਲਬਾਲ ਹੈ ਅੱਛਾ ਹੁਣ ਜਿਹੜੇ ਵਾਕਿਆ ਦਾ ਮੈਂ ਜ਼ਿਕਰ ਕਰਨ ਲੱਗਾ ਜੇ ਤਾਂ ਇਹ ਨਾਰਥ ਦੇ ਵਿੱਚ ਹੋਇਆ ਹੁੰਦਾ ਪੰਜਾਬ ਕਸ਼ਮੀਰ ਯੂਪੀ ਬਿਹਾਰ ਤੇ ਹੁਣ ਤੱਕ ਆਈਐਸਆਈ ਦੇ ਖਾਤੇ ਚ ਪਾਇਆ ਹੁੰਦਾ ਜੇ ਨਾਰਥ ਈਸਟ ਦੇ ਵਿੱਚ ਹੁੰਦਾ ਉੱਥੇ ਚੀਨ ਦਾ ਨਾਂ ਤਾਂ ਨਹੀਂ ਲੈਂਦੇ ਪਰ ਇਹ ਹੁੰਦਾ ਜੀ ਚੀਨ ਜਿਹੜਾ ਨਾਗਿਆਂ ਨੂੰ ਮੀਜ਼ੋਆਂ ਨੂੰ ਬੋਡੋਜ਼ ਨੂੰ ਫਲਾਣਿਆਂ ਨੂੰ ਮਨੀਪੁਰੀਆਂ ਨੂੰ ਜਿਹੜਾ ਫਾਈਨਾਂਸ ਕਰਦਾ ਪਰ ਇਹ ਜਿਹੜਾ ਸਾਰੇ ਜਿਨ੍ਹਾਂ ਨੂੰ ਮਾਓਵਾਦੀ ਜਾਂ ਨਕਸਲਵਾਦੀ ਕਿਹਾ ਜਾਂਦਾ ਹੈ ਇਹਨਾਂ ਦਾ ਦਬਦਬਾ ਉਹ ਸਾਰੀ ਬੈਲਟ ਦੇ ਵਿੱਚ ਉਵੇਂ ਹੀ ਹੈ ਜਿਵੇਂ ਜੇ ਹੁਣ ਤਾਲੀਬਾਨ ਨੂੰ ਕੌਣ ਪੈਸੇ ਦਿੰਦਾ ਕਿੱਥੋਂ ਲੈਂਦੇ ਨੇ ਉਹ ਕਿਉਂਕਿ ਉਹਨਾਂ ਨੇ ਜਦੋਂ ਇੱਕ ਵੱਡਾ ਹਿੱਸਾ ਇੱਕ ਟੈਰੀਟਰੀ ਦੇ ਉਹਨਾਂ ਦਾ ਕੰਟਰੋਲ ਹੈ ਭਾਵੇਂ ਦੇਸ਼ ਦੀ ਸਰਕਾਰ ਕਹੀ ਜੋ ਅਫਗਾਨਿਸਤਾਨ ਹਕੂਮਤ ਹੈ ਸੋ ਲੋਕ ਉਹਨਾਂ ਨੂੰ ਟੈਕਸ ਵੀ ਦਿੰਦੇ ਨੇ ਬਿਲਕੁਲ ਉਹ ਲੋਕਾਂ ਨੂੰ ਮਹਫੂਜ਼ ਵੀ ਕਰਦੇ ਨੇ ਔਰ ਲੋਕਾਂ ਦੀ ਪ੍ਰੋਟੈਕਸ਼ਨ ਵੀ ਹੈ ਔਰ ਜਿਹੜਾ ਉਹਨਾਂ ਦਾ ਕੈਡਰ ਹੈ ਉਹ ਵੀ ਲੋਕਾਂ ਚੋਂ ਆਂਦਾ ਔਰ ਇੱਕ ਸਟੇਜ ਦੇ ਉੱਤੇ ਇਹਨਾਂ ਦੀ ਆਪਣੀ ਇੰਟੈਲੀਜੈਂਸ ਏਜੰਸੀਆਂ ਦਾ ਕਹਿਣਾ ਸੀ ਕਿ ਨਕਸਲਾਈਟਸ ਦੇ ਕੋਲ 50000 ਤੋਂ ਜ਼ਿਆਦਾ ਟ੍ਰੇਨਡ ਕੈਡਰ ਹੈ ਜਿਹੜੇ ਹਥਿਆਰਬੰਦ ਵੀ ਨੇ ਹਥਿਆਰ ਚਲਾਉਣਾ ਵੀ ਜਾਣਦੇ ਨੇ ਔਰ ਉਹਨਾਂ 'ਚ ਔਰਤਾਂ ਵੀ ਨੇ ਔਰ ਬਿਲਕੁਲ ਨਹੀਂ ਡਰਨੇ ਔਰ ਇਹ ਕਿਸ ਹੱਦ ਤੱਕ ਆਪਣੇ ਈਵਨ ਮਿਲਿਟਰੀਲੀ ਉਹਨਾਂ ਦੇ ਵਿੱਚ ਜਾਂ ਜਿਹੜੀ ਹੈ ਉਹ ਅਬਿਲਿਟੀ ਹੈ ਉਹਦਾ ਇੱਕ ਸਬੂਤ ਹੈ ਕਿ ਬੀਤੇ ਕੱਲ ਜਿਹੜਾ ਇੱਕ ਵੱਡਾ ਹਮਲਾ ਉਹਨਾਂ ਨੇ ਕੀਤਾ ਛਤੀਸਗੜ੍ਹ ਦੇ ਵਿੱਚ ਜਿਹਦੇ ਚ ਇਹਨਾਂ ਦਾ ਆਪਣਾ ਮੰਨਣਾ ਹੈ ਕਿ 20 ਤੋਂ 22 ਇਹਨਾਂ ਦੇ ਜਵਾਨ ਮਾਰੇ ਗਏ ਔਰ 30 ਤੋਂ ਜ਼ਿਆਦਾ ਜ਼ਖਮੀ ਨੇ ਔਰ ਜਿਹੜੇ ਮਾਰੇ ਗਏ ਕੋਈ ਆਰਡਨਰੀ ਸਟੇਟ ਪੁਲਿਸ ਦੇ ਢਿੱਡਲ ਦੇ ਸਪਾਈ ਨਹੀਂ ਸੀਗੇ ਉਹਨਾਂ ਦੇ ਵਿੱਚ ਸੀਆਰਪੀਐਫ ਦੀ ਇੱਕ ਸਪੈਸ਼ਲ ਇਹਨਾਂ ਨੇ ਯੂਨਿਟ ਕ੍ਰੀਏਟ ਕੀਤੀ ਹੋਈ ਹੈ ਕੋਬਰਾ ਯੂਨਿਟ ਉਹਨਾਂ ਦੇ ਜਵਾਨ اور ਡਿਸਟ੍ਰਿਕਟ ਰਿਜ਼ਰਵ ਫੋਰਸ ਜਿਹੜੀ ਅਗੇਨ ਇੱਕ ਹੈਲਿਟ ਫੋਰਸ ਹੈ ਉਹਦੇ ਜਵਾਨ ਔਰ ਸਪੈਸ਼ਲ ਟਾਸਕ ਫੋਰਸ ਜਿਹੜੇ ਇਹਨਾਂ ਨੇ ਕ੍ਰੀਏਟ ਕੀਤੀ ਹੋਈ ਹੈ ਸੋ ਜਿਨ੍ਹਾਂ ਕਮਾਂਡੋਆਂ ਨੂੰ ਔਰ ਕੋਬਰਾ ਤੇ ਦੂਜਿਆਂ ਨੂੰ ਸਾਲਾਂ ਦੀ ਟ੍ਰੇਨਿੰਗ ਤੋਂ ਬਾਅਦ ਇਹ ਲੈ ਕੇ ਆਏ ਉਹਨਾਂ ਚ ਇਹਨਾਂ ਦੇ ਕਹਿਣ ਮੁਤਾਬਕ 22 ਮਾਰੇ ਨੇ 30 ਜ਼ਖਮੀ ਨੇ ਹਾਲਾਂ ਅਨ ਅਫੀਸ਼ੀਅਲ ਖਬਰ ਜਿਹੜੀ ਹੈ ਉਹ 100 ਤੋਂ ਜ਼ਿਆਦਾ ਡੈਥਸ ਨੇ ਕਿਉਂਕਿ ਉਹਨਾਂ ਨੇ ਐਮਬੁਸ਼ ਕੀਤਾ ਉਹਨਾਂ ਨੇ ਐਸੇ ਤਰੀਕੇ ਦੇ ਨਾਲ ਕੋਈ ਜਿਹੜੀ ਐ ਉਹ ਖਬਰ ਥਰੋ ਕੀਤੀ ਉਹਨਾਂ ਨੂੰ ਲੱਗਾ ਵੀ ਜਿਵੇਂ ਪੰਜਾਬ 'ਚ ਹੁੰਦਾ ਸੀ ਕਈ ਵਾਰੀ ਪੁਲਿਸ ਦੌੜਦੀ ਸੀ ਜੇ ਅਸੀਂ ਜੁਝਾਰੂ ਸਿੰਘ ਨੂੰ ਫੜ ਲੈਣਾ ਹੈ ਇਨਾਮ ਲੈਣਾ ਸੋ ਇਹ ਜਦੋਂ ਗਏ ਤੇ ਉਹਨਾਂ ਨੇ ਚਾਰ ਚਫੇਰਿਓਂ ਕਰਕੇ ਔਰ ਇਹਨਾਂ ਉਹਨਾਂ ਦੀਆਂ ਜਾਣ ਲੱਗਿਆ ਸਾਰੀਆਂ ਬੰਦੂਕਾਂ ਔਰ ਸੋਫਿਸਟੀਕੇਟਡ ਵੈਪਨ ਵੀ ਖੋ ਕੇ ਲੈ ਗਏ ਡੈਡ ਬਾਡੀਜ਼ ਵੀ ਕੁਝ ਜੜੀਆਂ ਨੇ ਅਜੇ ਤੱਕ ਇਹਨਾਂ ਨੂੰ ਮਿਲ ਨਹੀਂ ਰਹੀਆਂ ਔਰ ਇਸ ਗੱਲ ਨੇ इनू हिला के रख दता है क्योंकि खबर इंटरनेशनल है लुको नहीं सके और अमित शाह भी असाम के दौरे तो दौड़ के वापस पहुँच गया है। और इंटैलीजेंस और इंटैलीजेंस ब्यूरो और रा और सारे हो रहे हैं हम छोड़ेंगे नहीं हम बेफिटिंग जवाब पर इस गल ने एक्सपोज कर दता है हूँ किसी ने ना नहीं लिया कि जी ये चीन ने करवाया बेशक उन्होंइलॉजी जी है ਮੌਜੂਦਾ ਤੂੰਗ ਦੀ ਕਮਿਊਨਿਸਟ ਜਾਂ ਲੈਫਟਿਸਟ ਆਈਡੀਓਲੋਜੀ ਹੈ ਜੀ ਪਾਕਿਸਤਾਨ ਦਾ ਆਈਐਸਆਈ ਦਾ ਨਾਂ ਨਹੀਂ ਅਜੇ ਤੱਕ ਲਿਆ ਸੋ ਉਹਨਾਂ ਦੇ ਕੋਲ ਹਥਿਆਰ ਕਿੱਥੋਂ ਆ ਰਹੇ ਨੇ ਉਹਨਾਂ ਦੇ ਕੋਲ ਸਾਧਨ ਪੈਸਾ ਕੀ ਹੈ ਇਸ ਲਈ ਕਿਉਂਕਿ ਕੱਲਾ ਇਹ ਹੀ ਨਹੀਂ ਕਿ ਉਹ ਕੋਈ ਜੰਗਲਾਂ ਚ ਲੁਕੇ ਹੋਏ ਗਰਿੱਲੇ ਨੇ ਉਹਨਾਂ ਦੀ ਇਫੈਕਟਿਵ ਗਵਰਨੈਂਸ ਹੈ ਉਹਨਾਂ ਨੇ ਉਹ ਸਾਰੀਆਂ ਬੈਟਸ ਦੇ ਵਿੱਚ ਕਿਉਂਕਿ ਉਹਨਾਂ ਦੇ ਨਾਲ ਜੋ ਇਹਨਾਂ ਨੇ ਸਲੂਕ ਕੀਤਾ ਹੈ ਜਿਵੇਂ ਉਹਨਾਂ ਨੂੰ ਲੈਂਡਲੈਸ ਕਰ ਰਹੇ ਨੇ ਪਰ ਅਲਟੀਮੇਟਲੀ ਇਹ ਗੱਲ ਈਵਨ ਜਦੋਂ ਅਸੀਂ ਯੂਐਨ ਚਾਰਟਰ ਦੇ ਪ੍ਰੀਐਂਬਲ ਦੀ ਗੱਲ ਕਰਦੇ ਆਂ ਕਿ ਭਾਈ ਜੇ ਤੁਸੀਂ ਹੱਕ ਨਹੀਂ ਦਿਓਗੇ ਲੋਕਾਂ ਨੂੰ ਪੀਸਫੁਲੀ ਉਹਨਾਂ ਦੇ ਹਿਊਮਨ ਰਾਈਟ ਵਾਇਲੇਟ ਕਰੋਗੇ ਇਫ ਅ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਅ ਲਾਸਟ ਰਿਜ਼ੋਰਟ ਟੂ ਰਿਬੈਲੀਅਨ ਹਿਸ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਿਡ ਬਾਈ ਦਾ ਰੂਲ ਆਫ ਦਾ ਲਾਅ ਰਿਬੈਲੀਅਨ ਦਾ ਰਸਤਾ ਉਹੀ ਚੁਣਦਾ ਹੈ ਜਦੋਂ ਬਾਕੀ ਦਰਵਾਜ਼ੇ ਬੰਦ ਹੋ ਜਾਂਦੇ ਨੇ ਸੋ ਇਸ ਗੱਲ ਨੇ ਐਕਸਪੋਜ਼ ਵੀ ਕਰ ਦਿੱਤਾ ਹੈ ਕਿ ਇਹਨਾਂ ਦਾ ਕਿੰਨਾ ਕੁ ਅਖੰਡ ਭਾਰਤ ਹੈ ਬਿਲਕੁਲ ਔਰ ਕਿੰਨੀ ਕਿ ਇਹਨਾਂ ਦੀਆਂ ਜਿਹੜੀਆਂ ਬੜੀਆਂ ਅਲੀਤ ਔਰ ਦੂਸਰੀਆਂ ਤੀਸਰੀਆਂ ਫੋਰਸਸ ਨੇ ਉਹਨਾਂ ਨੂੰ ਉਹਨਾਂ ਦੇ ਪੱਲੇ ਕੀ ਹੈ ਔਰ ਅਸੀਂ ਸਮਝਦੇ ਹਾਂ ਬੇਸ਼ੱਕ ਮਰਨ ਵਾਲੇ ਵਿਚਾਰੇ ਕੋ ਆਂਧਰਾ ਦਾ ਕੋ ਕਿਤੇ ਦਾ ਜਿਹੜੇ ਵੀ ਟ੍ਰੇਨਡ ਫੌਜੀ ਨੇ ਸ਼ਾਇਦ ਪੰਜਾਬ ਦਾ ਵੀ ਹਾਂ ਇੱਕ ਪੰਜਾਬ ਦੇ ਸਿੱਖ ਦੇ ਹਵਾਲੇ ਨਾਲ ਸੀ ਕਿ ਜੀ ਉਹਨੂੰ ਆਪਣੀਆਂ ਗੋਲੀਆਂ ਲੱਗੀਆਂ ਔਰ ਉਹ ਆਪਣੀ ਪੱਗ ਦੇ ਨਾਲ ਦੂਸਰਿਆਂ ਨੂੰ ਬੰਨ ਰਿਹਾ ਉਹ ਸਰਵਾਈਵ ਕੀਤਾ ਜਾਂ ਨਹੀਂ ਸੋ ਇਹ ਵਿਚਾਰੇ ਤਾਂ ਆਪਣੇ ਪੇਟ ਦਾ ਮਾਮਲਾ ਜਿਹਨੂੰ ਕਹਿੰਦੇ ਆ ਅਸੀਂ ਉਹਦੇ 'ਚ ਨੇ ਲੇਕਿਨ ਕਿਵੇਂ ਇਹਨਾਂ ਦੀ ਜ਼ੁਲਮ ਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਲੋਕ ਰਿਸਿਸਟ ਕਰ ਰਹੇ ਨੇ ਔਰ ਹੁਣ ਇਸ ਲੈਵਲ ਤੱਕ ਜਿਹੜੀ ਰਿਸਿਸਟੈਂਸ ਹੈ ਇਹ ਨਾਰਥ-ਈਸਟ ਦੇ ਵਿੱਚ ਤਾਂ ਸੁਣਿਆ ਜਾਂਦਾ ਹੁਣ ਛਤੀਸਗੜ੍ਹ ਜਿਹੜਾ ਜੇ ਤਿੰਨ ਨਵੇਂ ਸੂਬੇ ਜਿਹੜੇ ਕ੍ਰੀਏਟ ਹੋਏ ਉਤਰਾਖੰਡ ਯੂਪੀ ਚੋਂ ਕੱਢਿਆ ਗਿਆ ਹੈ ਔਰ ਇਸੇ ਤਰ੍ਹਾਂ ਜਿਹੜਾ ਹੈ ਮਧ ਪ੍ਰਦੇਸ਼ ਚੋਂ ਇਹਨਾਂ ਨੇ ਇਹ ਜਿਹੜਾ ਛਤੀਸਗੜ੍ਹ ਉਹ ਉਹਦੇ ਚੋਂ ਕੰਢਿਆ ਰਿਸੇ ਤਰ੍ਹਾਂ ਇੱਕ ਹੋਰ ਸੂਬਾ ਇਹਨਾਂ ਨੇ ਕ੍ਰੀਏਟ ਕੀਤਾ ਜਿਹੜਾ ਕਿ ਉਹ ਸਾਰੇ ਚ ਚਾਰ ਖੰਡ ਬਿਹਾਰ ਚੋਂ ਹੁਣ ਜੇ ਇਹ ਮਧ ਪ੍ਰਦੇਸ਼ ਯੂਪੀ ਸੀਪੀਸੀ ਕਿਸੇ ਜ਼ਮਾਨੇ ਚ ਹਾਰਟ ਆਫ ਸੋ ਕਾਲਡ ਮੇਨ ਲੈਂਡ ਇੰਡੀਆ ਇਹ ਉੱਥੇ ਇਸ ਲੈਵਲ ਦੇ ਉੱਤੇ ਇਹਨਾਂ ਦੀ ਪਕੜ ਹੈ ਤਾਂ ਫਿਰ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਭਾਈ ਇਹ ਕਿੰਨੀ ਜਲਦੀ ਖੰਡ ਖੰਡ ਹੋਣ ਜਾ ਰਿਹਾ ਹੈ ਇਹ ਕੋਈ ਅਖੰਡ ਭਾਰਤ ਨਾਂ ਦੀ ਚੀਜ਼ ਨਹੀਂ ਹੈ ਔਰ ਇਹਨਾਂ ਦੇ ਭਾਜਪਾ ਦੇ ਡਰਟੀ ਟ੍ਰਿਕਸ ਜਿਹੜੇ ਸਾਰੇ ਵੋਟਾਂ ਦੇ ਚੋਣ ਪ੍ਰਚਾਰ ਚ ਚੱਲ ਰਹੇ ਨੇ ਉਹਦੇ ਥੱਲੇ ਅਸੀਂ ਦੇਖਦੇ ਹਾਂ ਮਹਾਰਾਸ਼ਟਰ ਦੇ ਵਿੱਚ ਕਿਵੇਂ ਇਹਨਾਂ ਨੇ ਆਪਣੇ ਇੱਕ ਡੀਜੀਪੀ ਤੋਂ ਪਹਿਲਾਂ ਕਿਉਂਕਿ ਉੱਥੇ ਸ਼ਿਵ ਸੈਨਾ ਦੀ ਸਰਕਾਰ ਹੈ ਹੋਮ ਮਿਨਿਸਟਰ ਜਿਹੜਾ ਮਿਸਟਰ ਦੇਸ਼ਮੁਖ ਹਨਲ ਦੇਸ਼ਮੁਖ ਉਸ ਦੇ ਖਿਲਾਫ ਚਾਰਜ ਲਵਾਇਆ ਕਿ ਮੈਨੂੰ ਉਹਨੇ ਕਿਹਾ ਸੀ ਜੀ ਇਨਾ ਕਰੋੜ ਮੈਨੂੰ ਮਹੀਨੇ ਦਾ ਦਿਆ ਕਰ ਉਹਨਾਂ ਨੇ ਜਿਹੜਾ ਅਲਟੀਮੇਟਲੀ ਆਪਣੀ ਇਨੀਸ਼ੀਅਲ ਇਨਕੁਆਇਰੀ ਆਰਡਰ ਕੀਤੀ ਫਿਰ ਉਹੀ ਜਿਹੜਾ ਪਰਮਵੀਰ ਹੈ ਜਿਹੜਾ ਹਰਿਆਣੇ ਦਾ ਹੈ ਭਾਜਪਾ ਦਾ ਵੱਡਾ ਇੱਕਾਗੂ ਦਾ ਰਿਸ਼ਤੇਦਾਰ ਹੈ ਉਹਦੇ ਰਾਈ ਹੁਣ ਹਾਈ ਕੋਰਟ ਚ ਅਪੀਲ ਕੀਤੀ ਕਿ ਜੀ ਇਨਕੁਆਇਰੀ ਹੋਇਆ ਹਾਈ ਕੋਰਟ ਨੇ ਕਿਹਾ ਜੀ ਸੀਬੀਆਈ ਇਨਕੁਆਇਰੀ ਔਰ ਨਤੀਜਾ ਜਿਹੜਾ ਹੈ ਆਲਟੀਮੇਟਲੀ ਉਹਨਾਂ ਨੇ ਸੀਬੀਆਈ ਇਨਕੁਆਇਰੀ ਆਰਡਰ ਕਰਤੀ ਹਾਈ ਕੋਰਟ ਨੇ ਔਰ ਅੱਜ ਉਹਨੇ ਅਨਿਲ ਦੇਸ਼ਮੁਖ ਨੇ ਰਿਜ਼ਾਈਨ ਕੀਤਾ ਹੁਣ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ ਇਹ ਮਹਾਰਾਸ਼ਟਰ ਚੁੱਭ ਰਿਹਾ ਹੈ ਕਿ ਇੰਨਾ ਵੱਡਾ ਮੁੰਬਈ ਜਿਹਦਾ ਚ ਇੰਨਾ ਰੈਵਨਿਊ ਉੱਥੋਂ ਨਿਕਲਦਾ ਹੈ ਇਹ ਜਿਹੜਾ ਉਹ ਅਲਾਈਅੰਸ ਹੈ ਉੱਥੇ ਲੀਡਰਸ਼ਿਪ ਸੈਨਾ ਦਾ ਉਧਵ ਠਾਕਰੇ ਚੀਫ ਮਿਨਿਸਟਰ ਹੈ ਔਰ ਉਹਦੇ ਨਾਲ ਕਾਂਗਰਸ ਹੈ ਔਰ ਸ਼ਰਦ ਪਵਾਰ ਦੀ ਪਾਰਟੀ ਹੈ ਸੋ ਇਹ ਆਪਣੀਆਂ ਡਰਟੀ ਗੇਮ ਜਿੱਥੋਂ-ਜਿੱਥੋਂ ਵੀ ਇਹਨਾਂ ਨੂੰ ਲੱਗਦਾ ਹੈ ਉਹ ਕਿਵੇਂ ਜੁਡੀਸ਼ਰੀ ਦਾ ਹਾਲ ਕੀ ਹੈ ਅਸੀਂ ਇੱਕੋ ਸੋਸ਼ਲ ਮੀਡੀਆ ਪੋਸਟ ਅੱਜ ਡਿਸਕਸ ਕਰ ਰਹੇ ਸੀ ਕਿ ਭਾਈ ਕਿਵੇਂ ਉਹ ਜੰਗਲ ਦੇ ਵਿੱਚ ਇੱਕ ਮੱਝ ਦੌੜੀ ਜਾਂਦੀ ਹੈ ਤੇ ਚੂਹੇ ਨੇ ਉਹਨੂੰ ਪੁੱਛਿਆ ਕਿ ਭਾਈ ਹਾਂ ਵੀ ਤੇਰਾ ਕੀ ਹੈ ਤਾਂ ਤੂੰ ਕਿਉਂ ਪੰਜੀ ਜਾਣੀ ਆ ਉਹ ਕਹਿੰਦਾ ਕਿ ਵੀ ਪੁਲਿਸ ਆ ਗਈ ਹਾਥੀ ਨੂੰ ਅਰੈਸਟ ਕਰਨ ਉਹ ਕਹਿੰਦਾ ਵੀ ਅਰੈਸਟ ਦਾ ਹਾਥੀ ਨੂੰ ਕਰਨਾ ਤੇਰਾ ਕੀ ਆ ਉਹ ਕਹਿੰਦਾ ਪਤਾ ਨਹੀਂ ਇਹ ਹਾਥੀ ਤਾਂ ਇਹਨਾਂ ਦੇ ਕਾਬੂ ਆਇਆ ਨਹੀਂ ਮੈਨੂੰ ਹੀ ਹਾਥੀ ਬਣਾ ਦੇਣਗੇ ਔਰ ਉਹਨੇ ਕਿਹਾ ਫੇਰ ਫੇਰ ਕੀ ਹੋ ਗਿਆ ਤੂੰ ਤਾਂ ਹੈ ਨਹੀਂ ਹੱਥ ਗੰਨੇ ਮੈਨੂੰ 20 ਸਾਲ ਲੱਗ ਜਾਣੇ ਨੇ ਅਦਾਲਤ ਚ ਪ੍ਰੂਵ ਕਰਦੇ ਆ ਕਿ ਭਾਈ ਮੈਂ ਹਾਥੀ ਨਹੀਂ ਹੈਗੀ ਤਾਂ ਉਹਨੇ ਕਿਹਾ ਵੀ ਚਲ ਫਿਰ ਮੈਂ ਵੀ ਤੇਰੇ ਨਾਲ ਹੀ ਦੌੜਦੇ ਕਿ ਪਤਾ ਮੈਨੂੰ ਹੀ ਨਾ ਹਾਥੀ ਬਣਾ ਲਣ ਛੂਆ ਕੰਦ ਤੂੰ ਮਤਲਬ ਇਹ ਕਈ ਵਾਰ ਇਹ ਜਿਹੜਾ ਹਿਊਮਰ ਹੁੰਦਾ ਹੈ ਇਹ ਆਪਣੇ ਆਪ ਚ ਦੱਸਦਾ ਹੈ ਕਿ ਗੱਲ ਕੀ ਹੈ ਔਰ ਅਲਟੀਮੇਟਲੀ ਉੱਥੇ ਅਦਾਲਤੀ ਸਿਸਟਮ ਦਾ ਹਾਲ ਕੀ ਹੈ ਔਰ ਜਦੋਂ ਅਸੀਂ ਈਵਨ ਰਫੇਲ ਦੇ ਹਵਾਲੇ ਨਾਲ ਜਿਹੜੀ ਖਬਰ ਫਰਾਂਸ ਦੇ মিডিਆ ਦੇ ਸਾਹਮਣੇ ਆਈ ਹੈ ਉਹਦੇ ਚ ਵੀ ਅਸੀਂ ਦੇਖਾਂਗੇ ਕਿ ਕਿਵੇਂ ਰੰਜਨ ਗੋਗੋਈ ਜਿਹੜਾ ਚੀਫ ਜਸਟਿਸ ਸੀ ਜਦੋਂ ਉਹਦੇ ਸਾਹਮਣੇ ਔਰ ਇਹ ਜੁਆਇੰਟ ਪਟੀਸ਼ਨ ਸੀ ਜਿਹਨੂੰ ਉਹ ਸ਼ਸ਼ੀਭੂਸ਼ਨ ਵੱਡਾ ਖੁਦ ਵਕੀਲ ਹੈ ਸੁਪਰੀਮ ਕੋਰਟ ਦਾ ਯਸ਼ਵੰਤ ਸੈਨਾ ਜਿਹੜਾ ਭਾਜਪੀ ਦੀ ਆ ਵਾਜਪਾਈ ਸਰਕਾਰ ਦੇ ਵੇਲੇ ਫਾਈਨੈਂਸ ਮਿਨਿਸਟਰ ਸੀ ਔਰ ਇੱਕ ਹੋਰ ਪ੍ਰੋਮਿਨੈਂਟ ਸੱਜਣ ਜਦ ਸ਼ਤਰੂਗਨ ਸੈਨਾ ਵੀ ਉਦੇ ਸ਼ਾਮਲ ਸੀ ਉਹਨਾਂ ਨੇ ਕੀਤਾ ਸੀ ਕਿ ਵੀ ਇਹ ਰਾਫੇਲ ਡੀਲ 60 ਹਜ਼ਾਰ ਕਰੋੜ ਦਾ ਸੌਦਾ ਸਿੱਧਾ 30 ਹਜ਼ਾਰ ਕਰੋੜ ਦਾ ਫਾਇਦਾ ਅਡਾਨੀ ਨੂੰ 1 टू 1 ਗੱਲਬਾਤ ਚ ਮੋਦੀ ਔਰ ਉਹਦੇ ਚ ਫ੍ਰੈਂਚ ਪ੍ਰੈਜ਼ੀਡੈਂਟ ਦੇ ਹੋਇਆ ਜੀ ਕਿ ਕਲੀਨ ਕਲੀਅਰ ਹੋ ਗਿਆ ਈ ਡੀਲ ਔਰ ਤਿੰਨ ਗੁਣਾ ਜ਼ਿਆਦਾ ਕੀਮਤ ਤੇ ਰਾਫੇਲ ਖਰੀਦੇ ਕਿਉਂਕਿ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹ ਆਲਰੇਡੀ ਗੱਲਬਾਤ ਲਈ ਇੱਕ ਪ੍ਰੋਪਰ ਮੈਕੈਨਿਜ਼ਮ ਬਣਾਇਆ ਗਿਆ ਸੀ ਕਿ ਟੀਮ ਸੀ ਕਿ ਕੀ ਹੋਇਆ ਆਲ ਆਫ ਅ ਸਡਨ ਔਰ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ ਚ ਕਿਵੇਂ ਜਿਹੜਾ ਉਸ ਵੇਲੇ ਡਿਫੈਂਸ ਮਿਨਿਸਟਰ ਸੀ ਮਨੋਰ ਪਾਰਕਰ ਉਹ ਅਚਾਨਕ ਬਿਮਾਰ ਹੋ ਗਿਆ ਔਰ ਬਿਲਕੁਲ ਉਹਨੇ ਡਿਸਟੈਂਸ ਕਰ ਲਿਆ ਫਿਰ ਉਹਦੀ ਡੈਥ ਵੀ ਹੋ ਗਈ ਔਰ ਦਾ ਹਿੰਦੂ ਅਖਬਾਰ ਨੇ ਇਸ ਦੇ ਉੱਤੇ ਉਹੀ ਜਿਹੜਾ ਉਹ ਕਢਨੇ ਸ਼ੁਰੂ ਕੀਤੀ ਇਨਵੈਸਟੀਗੇਟਿਵ ਸਟੋਰੀ ਜਿਵੇਂ ਕਦੇ ਉਹਨਾਂ ਨੇ ਰਾਜੀਵ ਗਾਂਧੀ ਦੀ ਬੌਫਰ ਡੀਲ ਵੇਲੇ ਕੀਤੀ ਸੀ ਫਿਰ ਕਿਵੇਂ ਇਕਦਮ ਜਦੋਂ ਇਹ ਪੈਟੀਸ਼ਨ ਸੁਪਰੀਮ ਕੋਰਟ ਚ ਹੁੰਦੀ ਹੈ ਰੰਜਨ ਗੋਗੋਈ ਬੈਂਚ ਕਾਲ ਕਰ ਲੈਂਦਾ ਉਹਦੇ ਤੇ ਔਰ ਉਹ ਕਹਿੰਦਾ ਹੈ ਸੈਂਟਰ ਸਰਕਾਰ ਨੂੰ ਜੀ ਦਿਓ ਉਹਨਾਂ ਨੇ ਹੁੰਦਾ ਜੀ ਸੈਂਟਰ ਨੇ ਸੀਲਡ ਲਫਾਫਾ ਦਿੱਤਾ ਸੁਪਰੀਮ ਕੋਰਟ ਨੂੰ ਔਰ ਸੁਪਰੀਮ ਕੋਰਟ ਨੇ ਕਿਹਾ ਜੀ ਉਹ ਜਿਹੜਾ ਅਕਾਊਂਟੈਂਸੀ ਬਿਊਰੋ ਹੈ ਦੂਜੇ ਤੇ ਜੇ ਉਹਨਾਂ ਨੇ ਵੀ ਕਲੀਅਰੈਂਸ ਦੇ ਦਿੱਤੀ ਹੈ ਮੈਟਰ ਓਵਰ ਉਹਨ ਇਹੀ ਰੰਜਨ ਗੋਗੋਈ ਹੈ ਜਿਸ ਨੇ ਜਿਹੜਾ ਬਾਬਰੀ ਮਸਜਿਦ ਹਵਾਲੇ ਕਰ ਦਿੱਤੀ ਹੈ ਕਹਿ ਕੇ ਜੀ ਲੋਕਾਂ ਦੀ ਆਸਥਾ ਹੈ ਔਰ ਉਹੀ ਰੰਜਨ ਗੋਗੋਈ ਜਦੋਂ ਚੀਫ ਜਸਟਿਸ ਦੇ ਅਹੁਦੇ ਤੋਂ ਰਿਟਾਇਰ ਹੁੰਦਾ ਉਹ ਅਜੇ 6 ਮਹੀਨੇ ਵੀ ਨਹੀਂ ਪੂਰੇ ਹੋਏ ਤੇ ਉਹਨੂੰ ਅਸਾਮ ਤੋਂ ਜਿਹੜਾ ਉਹ ਰਾਜ ਸਭਾ ਦਾ ਮੈਂਬਰ ਭਾਜਪੀ ਨਾਮਜ਼ਦ ਕਰ ਦਿੰਦੀ ਹੈ ਔਰ ਇਹ ਕੋਈ ਐਵੇਂ ਨਹੀਂ ਹੈ ਜਦੋਂ ਅਸੀਂ ਦੇਖਦੇ ਆਂ ਤਾਂ ਫਿਰ ਉਹ ਗੱਲ ਜਿਹੜੀ ਮੱਝ ਜਿਹੜੀ ਆ ਉਹ ਕਹਿੰਦੀ ਆ ਕਿ ਭਾਈ ਮੈਨੂੰ ਤਾਂ 20 ਸਾਲ ਲੱਗ ਜਾਣੇ ਨੇ ਸਾਬਤ ਕਰਦੇ ਆਂ ਵੀ ਮੈਂ ਹਾਥੀ ਨਹੀਂ ਹੈ ਇਹ ਅੱਜ ਸਿਸਟਮ ਇਹੀ ਬਣਿਆ ਹੋਇਆ ਔਰ ਇਹਦੇ ਨਾਲ ਅਸੀਂ ਦੇਖਦੇ ਆਂ ਕਿ ਵੀ ਇਵਨ ਇਹ ਅ ਇਸ ਦੀਆਂ ਡੀਟੇਲਸ ਫ੍ਰੈਂਚ মিডিਆ ਚ ਆਈਆਂ ਨੇ ਔਰ ਮੈਂ ਪਹਿਲਾਂ ਕਿਉਂਕਿ ਹੁਣ ਇਹਨੂੰ ਮੈਂ ਟੱਚ بیس ਕੀਤਾ ਹੀ ਮੈਂ ਥੋੜਾ ਬਹੁਤ ਫਾਰਮਰਸ ਨਾਲ ਰਿਲੇਟਡ ਖਬਰਾਂ ਵੀ ਜਿਹੜੀਆਂ ਨੇ ਡਿਵੈਲਪਮੈਂਟਸ ਨੂੰ ਟੱਚ بیس ਕਰਨਾ ਚਾਹੁੰਦਾ ਕਿਉਂਕਿ ਸਾਡੇ ਲਈ ਇਹ ਇੱਕ ਅਹਿਮ ਜਿਹੜਾ ਉਹ ਨਵੰਬਰ 26 ਤੋਂ ਤਾਂ ਦਿੱਲੀ ਚ ਨੇ ਲੇਕਨ ਇੱਕ ਇਸ਼ੂ ਹੈ ਜਿਸ ਨੇ ਸਿੱਕ ਕੌਮ ਦੀ ਸਾਰੀ ਜਿਹੜੀ ਟੈਨਸ਼ਨ ਵੀ ਰਿਸੋਰਸ ਵੀ ਔਰ ਪ੍ਰੈਸਟੀਜ ਵੀ ਸਭ ਕੁਝ दांव ਤੇ ਲਾਈ ਹੋਈ ਹੈ ਔਰ ਇਹ ਰਫੇਲ ਡੀਲ ਦੀ ਇਹਨਾਂ ਦੇ ਹੀ ਮੀਡੀਆ ਦੀ ਖਬਰ ਰਫੇਲ ਡੀਲ 1 1.1 ਮਿਲੀਅਨ ਯੂਰੋ ਯੂਰੋ ਮਿਲੀਅਨ ਇਹ ਥੋੜਾ ਵੱਡਾ ਹੈ ਡਾਲਰ ਤੋਂ pay to middleman in rafael deal says french report aur ek french news portal hai media part usdi khabar hai ke kiven jaddi hai beshak 2016 ch indo french rafael deal strike kiti gayi si aur unhan ne eh keha hai bhi eh unhan ne eh reveal kita hai papers ton ke unhan da eh sare de vich gupta family koi hai da indian company in question Def sea Solution, one of the uh, subcontractors in India for a failed deal, specializes in assemblies, flight stimulators and optical and electronic systems for aeronautical industry, often under license for foreign companies. According to the report, the company belongs to Gupta family, one of whom is being investigated in the Augusta Westland VVIP chopper deal. Chopper deal. ਇਹ ਉਹੀ ਰਾਜੀਵ ਗਾਂਧੀ ਸਕੈਂਡਲ ਦੀ ਮੈਂ ਗੱਲ ਕੀਤੀ ਹੈ ਇਸੇ ਨੂੰ ਇਹ ਜਿਹੜਾ 11 ਮਿਲੀਅਨ ਜਿਹੜਾ ਯੂਰੋ ਡਾਲਰ ਪੇ ਕੀਤਾ ਗਿਆ ਔਰ ਇਹ ਇਹਨਾਂ ਦਾ ਹੀ ਬੰਦਾ ਹੈ ਸੁਸ਼ੇਨ ਮੋਨ ਗੁਪਤਾ ਜਿਹਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਰਚ 2019 ਚ ਕਿਕਸਪੈਕਸ ਦੇ ਲਈ ਅਗਸਟਾ ਵੈਸਟਲੈਂਡ ਡੀਲ ਦੇ ਵਿੱਚ ਅਰੈਸਟ ਕੀਤਾ ਸੀ ਔਰ ਇਹ ਕਾਂਗਰਸ ਦੇ ਸਪੋਕਸਪੀਰ ਨੇ ਇਹਦੇ ਤੇ ਬਿਲਕੁਲ ਕਿ ਇਹ ਐਨ ਖਬਰ ਉਦੋਂ ਆਈ ਹੈ ਜਦੋਂ ਕਿ ਚੋਣ ਪ੍ਰਚਾਰ ਚੱਲ ਰਿਹਾ ਔਰ ਆਲਰੇਡੀ कांग्रेस और इवन शशि शशि भूषण और दूजिया दिन स्टेटमेंट्स ने सुरजेवाला ने क्या है डज इट नाउ नॉट रिक्वायर ए फुल एंड इंडिपेंडेंट इन्वेस्टिगेशन इन टू इंडियाज़ बिगेस्ट डिफेंस डील टू फाइंड आउट एज टू हाउ मच ब्राइबरी एंड कमीशन इन रियालिटी वॉज पेड एंड टू हूम इन द इंडियन गवर्नमेंट विल प्राइम मिनिस्टर मोदी आंसर टू द नेशन नाओ ਇਹ ਹੀ ਮੋਦੀ ਹੈ ਹਾਊ ਕੈਨ ਮੀਡਲ ਮੈਨ ਐਂਡ ਪੇਮੈਂਟ ਆਫ ਕਮਿਸ਼ਨ ਵੀ ਪਰਮਿਟਡ ਇਨ ਦਾ ਗਵਰਨਮੈਂਟ ਟੂ ਗਵਰਨਮੈਂਟ ਡਿਫੈਂਸ ਕੰਟਰੈਕਟ অর ਇਨ ਐਨੀ ਡਿਫੈਂਸ ਪ੍ਰੋਕਿਊਰਮੈਂਟ ਪ੍ਰੋਕਿਊਰਮੈਂਟ ਇਨ ਇੰਡੀਆ ਇਨ ਵਾਇਓਲੇਸ਼ਨ ਆਫ ਮੰਡੇਟਰੀ ਡਿਫੈਂਸ ਪ੍ਰੋਕਿਊਰਮੈਂਟ ਪ੍ਰੋਸੀਜਰ ਉਹਨਾਂ ਨੇ ਕਿਹਾ ਜੀ ਡੀਲ ਤਾਂ ਗਵਰਨਮੈਂਟ ਟੂ ਗਵਰਨਮੈਂਟ ਹੈ ਔਰ ਉਹਨਾਂ ਨੇ ਕਿਹਾ ਜੀ ਐਸੀ ਕੋਈ ਵਿਚੋਲੀਏ ਨਹੀਂ ਹੋਣਗੇ ਫਲਾਣਾ ਨਹੀਂ ਜੋ ਝੂਠ ਬੋਲਦੇ ਨੇ ਜਿਵੇਂ ਉਹ ਕਿਲ ਕਿਲ ਕੇ ਔਰ ਉੱਚੀ ਉੱਚੀ ਔਰ ਇਹ ਸਾਰੇ ਹੀ ਜਿਹੜਾ ਇਹਨਾਂ ਦਾ ਐਕਸਪੋਜ਼ ਹੋ ਜਾਂਦਾ ਹੈ ਕਿ ਵੀ ਕਿਵੇਂ ਇਹ ਸਾਰਾ ਜਿਹੜਾ ਉਹ ਪੇ ਕੀਤਾ ਗਿਆ ਔਰ ਇਹ ਸਾਰੇ ਚ ਅੱਗੇ ਪੂਰੀ ਡੀਟੇਲ ਹੈ ਕਿ ਭਾਈ ਕਿਉਂਕਿ ਜਿਹੜਾ ਬਾਹਰਲਾ মিডিਆ ਹੈ ਕੋਈ ਗੋਦੀ মিডিਆ ਨਹੀਂ ਹੈ ਕਿ ਵੀ ਉਹਨਾਂ ਨੇ ਖਬਰ ਚਲਾ ਦੇਣੀ ਹੈ ਉਹਨਾਂ ਦੇ ਕੋਲ ਜਦੋਂ ਡਾਕੂਮੈਂਟ ਹੁੰਦੇ ਨੇ ਔਰ ਆਉਣ ਵਾਲੇ ਦਿਨਾਂ ਚ ਇਸ ਦੀਆਂ ਮੋਰ ਡੀਟੇਲਸ ਆਣਗੇ ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਰਪਸ਼ਨ ਦਾ ਸਕੈਂਡਲ ਜਿਹਨੂੰ ਇਹਨਾਂ ਨੇ ਸੁਪਰੀਮ ਕੋਰਟ ਰਾਹੀਂ ਜਿਸ ਦੇ ਉੱਤੇ ਮਿੱਟੀ ਪਾਓ ਮਿੱਟੀ ਪਾਓ ਵਾਲੀ ਗੱਲ ਕੀਤੀ ਸੀ ਉਹ ਦੁਬਾਰਾ ਵਾਪਸ ਆਇਆ ਹੁਣ ਅਸੀਂ ਜਿਹੜਾ ਕਿਸਾਨ ਮੂਵਮੈਂਟ ਨਾਲ ਰਿਲੇਟਡ ਗੱਲ ਕਰਦੇ ਆ ਪਿਛਲੇ ਦਿਨਾਂ ਵਿੱਚ ਹੁਣ ਤੁਸੀਂ ਦੇਖੋ ਵੀ ਕਿਸ ਘਟਿਆ ਹੱਦ ਤੱਕ ਜਾ ਕੇ ਜਿਹੜੀ ਮੋਦੀ ਸਰਕਾਰ ਹੈ ਇਸ ਮੂਵਮੈਂਟ ਨੂੰ ਦਬਾਉਣ ਦੇ ਉੱਤੇ ਲੱਗੀ ਹੋਈ ਹੈ ਸੈਂਟਰ ਨੇ ਇੱਕ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਕਿ ਜੀ ਸਾਨੂੰ ਬੀਐਸਐਫ ਨੇ ਇਹ ਰਿਪੋਰਟ ਭੇਜੀ ਹੈ 58 Mentally challenged people from Bihar UP found working ਐਸ ਬੌਂਡਰਡ ਲੇਬਰਸ ਇਨ ਪੰਜਾਬ ਸੈਂਟਰ ਇਨ ਫਾਰਮ ਸਟੇਟ ਉਹਨਾਂ ਨੇ ਕਿਹਾ ਜੀ 58 ਜਿਹੜੇ ਦਿਮਾਗੀ ਤੌਰ ਤੇ ਬੈਲੈਂਸ ਨਹੀਂ ਨੇ ਉਹ ਬੱਚੇ ਯੂਪੀ ਔਰ ਬਿਹਾਰ ਦੇ ਪੰਜਾਬ ਦੇ ਬਾਰਡਰ ਡਿਸਟ੍ਰਿਕਟ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਔਰ ਅਬੋਹਰ ਉਸ ਦੇ ਵਿੱਚ ਕੰਮ ਕਰਦੇ ਫੜੇ ਗਏ ਨੇ ਉਹਨਾਂ ਨੂੰ ਅਫੀਮ ਖਵਾਈ ਜਾਂਦੀ ਹੈ ਕੰਮ ਲਿਆ ਜਾਂਦਾ ਹੈ ਮੈਂਟਲੀ ਉਹ ਜਿਹੜੇ ਨੇ ਉਹ ਚੈਲੰਜਡ ਨੇ ਔਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਵੀ ਇਹ ਦੀ ਤਫਸ਼ੀਸ਼ ਕਰੋ ਕਿਉਂਕਿ ਜਿਹੜੇ ਫਾਰਮਰਸ ਨੇ ਇਹ ਇਹਨਾਂ ਨੂੰ ਐਕਸਪਲੋਇਡ ਕਰ ਰਹੇ ਨੇ ਔਰ ਇਸ ਸਾਰੇ ਦੀ ਖਬਰ ਦਾ ਲੁਬੇ ਲਬਾਬ ਹੈ ਔਰ ਚੀਫ ਸਕੱਟਰੀ ਪੰਜਾਬ ਨੂੰ ਹੋਮ ਮਿਨਿਸਟਰੀ ਨੇ ਕਿਹਾ ਕਿ ਬਾਰਡਰ ਸਕਿਉਰਿਟੀ ਫੋਰਸ ਨੇ ਇਸ ਕਿਸਮ ਦੇ 58 ਲੋਕ ਜਿਹੜੇ ਨੇ ਉਹਨਾਂ ਨੂੰ ਫੜ ਕੇ ਆ ਜਿਹੜਾ ਉਹ ਹਵਾਲੇ ਕੀਤਾ ਔਰ ਇਸ ਦੀ ਜਿਹੜੀ ਹੈ ਤਾਕੀ ਯਾਦ ਕੀਤੀ ਜਾਏ ਹੁਣ ਜ਼ਾਹਰ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਕਿਸਾਨਾਂ ਲਈ ਨਹੀਂ ਓਵਰ ਆਲ ਸਮੁੱਚੀ ਕਿਸਾਨ ਬਰਾਦਰੀ ਦੇ ਲਈ ਦੁਨੀਆ ਭਰ ਦੇ ਵਿੱਚ ਹਮਦਰਦੀ ਹੈ ਭਾਰਤ ਦੇ ਵਿੱਚ ਵੀ ਜਿਹੜੀਆਂ ਅੱਡਡ ਸ਼ਖਸੀਅਤਾਂ ਜਿਹੜੀਆਂ ਥੋੜੀ-ਬਹੁਤ ਵੀ ਇਮਾਨਦਾਰੀ ਰੱਖਦੀਆਂ ਨੇ ਉਹ ਇਸ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਨੇ ਔਰ ਇਸੇ ਤਰ੍ਹਾਂ ਜਿਵੇਂ ਮੇਧਾ ਪਾਟੇਕਰ ਇੱਕ ਵੱਡੀ ਜਿਹੜੀ ਐਕਟਿਵਿਸਟ ਹੈ ਹਿਊਮਨ ਰਾਈਟਸ ਦੀ ਜਦੋਂ ਈਵਨ ਪਾਣੀ ਦੇ ਮੁੱਦੇ ਤੇ ਸਰਦਾਰ ਡੈਮ ਇਹਨਾਂ ਨੇ ਗੁਜਰਾਤ 'ਚ ਬਣਾਇਆ ਜਿਹੜੇ ਲੋਕ ਹੋਮਲੈਸ ਕੀਤੇ ਉਹਨਾਂ ਦੇ ਹੱਕਾਂ ਦੇ ਲਈ ਔਰ ਇਸੇ ਤਰ੍ਹਾਂ ਟ੍ਰਾਈਬਸ ਲਈ ਵੀ ਆਵਾਜ਼ ਚੁੱਕਦੀ ਹੈ ਔਰ ਇਹ ਬੀਬੀ ਜਿਹੜੀ ਹੈ ਪਿਛਲੇ ਦਿਨਾਂ 'ਚ ਇਹਨਾਂ ਨੇ ਇੱਕ ਮਿੱਟੀ ਸत्याग्रह ਸ਼ੁਰੂ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਸ਼ਹੀਦਾਂ ਦੀ ਧਰਤੀ ਹੈ ਉੱਥੋਂ ਜਿਹੜਾ ਉਹ ਮਿੱਟੀ ਲਿਆ ਕੇ ਇਹਨਾਂ ਦਾ ਕਹਿਣਾ ਹੈ ਕਿ ਵੀ ਸਿੰਘੂ ਬਾਰਡਰ ਦੇ ਉੱਤੇ ਲਿਆ ਕੇ ਇੱਕ ਮੈਮੋਰੀਅਲ ਬਣਾਇਆ ਜਾਏਗਾ ਉਹਨਾਂ ਸ਼ਹੀਦ ਕਿਸਾਨਾਂ ਲਈ ਜਿਹੜੇ ਇਸ ਮੂਵਮੈਂਟ ਦੇ ਵਿੱਚ ਮਾਰੇ ਗਏ ਨੇ ਔਰ ਪਿਛਲੇ ਕੱਲ੍ਹ ਉਸ ਸੁਨਾਮ ਜਿੱਥੇ ਸ਼ਹੀਦ ਉਦਮ ਸਿੰਘ ਜਨੇ 21 ਸਾਲ ਬਾਅਦ ਜਾ ਕੇ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਜਨੇ ਜਲਿਆਂਵਾਲੇ ਬਾਗ ਦਾ ਕਾਂਡ ਕਰਵਾਇਆ ਸੀ ਉਹਨੂੰ ਲੰਡਨ ਦੇ ਵਿੱਚ ਉਡਾਇਆ ਸੀ ਔਰ ਮੇਧਾ ਪਾਟਕਰ ਨੇ ਆ ਜਿਹੜਾ ਕਿਹਾ ਕਿ ਬਈ ਇਹ ਹਕੂਮਤ ਜਿਹੜੀ ਹੈ ਇਹ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ ਔਰ ਇਹ ਸਭ ਕੁਝ ਕਾਰਪੋਰੇਟ ਸੈਕਟਰ ਅੰਬਾਨੀ ਅਡਾਨੀ ਔਰ ਪਤੰਜਲੀ ਦੇ ਆਵਾਦੇ ਕਰਨਾ ਚਾਹੁੰਦੀ ਹੈ ਸੋ ਸੁਨਾਮ ਸੀ ਉਹਨੇ ਐਡਰੈਸ ਵੀ ਕੀਤਾ ਸੋ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੈ ਹੁਣ ਦੂਸਰੇ ਪਾਸੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੇ ਐਗਰੈਸਿਵ ਸਟੈਂਸ ਲਿਆ ਹੈ ਪਿਛਲੇ ਕੱਲ ਉਹਨਾਂ ਨੇ ਪੰਜਾਬ ਔਰ ਹਰਿਆਣੇ ਦੇ ਵਿੱਚ ਜਿਹੜੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੈ FCI ਦੇ ਆਫਿਸਿਸ ਨੇ ਉਹ ਉਹਨਾਂ ਦਾ ਘਰਾਉ ਕੀਤਾ 34 ਵਾਰ ਜਿਹੜੇ FCI ਦੇ ਦਫਤਰ ਨੇ 15 ਜ਼ਿਲ੍ਹਿਆਂ ਚ ਉਸ ਦਾ ਘਰਾਉ ਜਿਹੜਾ ਉਹ ਕੀਤਾ ਗਿਆ ਔਰ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਭਈ ਜਦੋਂ ਤੱਕ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਤੇ ਗਾਰੰਟੀ ਨਹੀਂ ਦਿੱਤੀ ਜਾਂਦੀ ਔਰ ਹੁਣ ਜਿਹੜਾ ਦੂਸਰਾ ਪਾਰਟ ਇਹਨਾਂ ਨੇ ਫਾਰਮਿੰਗ ਸੈਕਟਰ ਦੇ ਐਕਟਸ ਤੋਂ ਬਾਅਦ ਕੀਤਾ ਉਹਨਾਂ ਨੇ ਕਿਹਾ ਜੀ ਡਾਇਰੈਕਟ ਅਸੀਂ ਜਿਹੜੀ ਪੇਮੈਂਟ ਹੈ ਉਹ ਉਹਨਾਂ ਦੇ ਅਕਾਊਂਟਸ 'ਚ ਭੇਜਾਂਗੇ ਉਸ ਨੂੰ ਵੀ ਕਿਸਾਨ ਔਰ ਦੂਸਰਿਆਂ ਨੇ ਇਸ ਲਈ ਵਿਰੋਧ ਕੀਤਾ ਕਿ ਕੋਈ ਵੀ ਔਰ ਕਿਸਾਨਾਂ ਨੂੰ ਕਿਹਾ ਜਾ ਰਿਹਾ ਜੀ ਆਪਣਾ ਲੈਂਡ ਰੈਕੋਰਡ ਦਿਓ ਉਹਨਾਂ ਨੂੰ ਸੋ ਮਤਲਬ ਇਹ ਹੈ ਵੀ ਇਹ ਲੋਕ ਸਮਝਦੇ ਨੇ ਵੀ ਇਹ ਸਾਰਾ ਡਾਟਾ ਇਕੱਠਾ ਕਰਕੇ ਉਹਨੂੰ ਮਿਸਯੂਜ਼ ਕਰ ਰਹੇ ਨੇ ਔਰ ਇਹ ਇਵਨ ਜਿਹੜੀ ਬੌਂਡਡ ਲੇਬਰ ਵਾਲਾ ਸਾਰਾ ਡਰਾਮਾ ਇਸ ਮੌਕੇ ਤੇ ਕਰਨਾ ਇਹਦੇ 'ਚ ਇਵਨ ਕੈਪਟਨ ਅਮਰਿੰਦਰ ਨੇ ਕਿਹਾ ਹੈ ਮਿਨਿਸਟਰੀ ਆਫ ਹੈਲਥ ਅਫੇਅਰਸ ਲੈਟਰ ਔਨ ਬੌਂਡਡ ਲੇਬਰ ਇਨਕਰੈਕਟ ਕਿ ਬਿਲਕੁਲ ਗਲਤ ਹੈ ਔਰ ਅਮਰਿੰਦਰ ਸਲੈਮਸ ਐਮ ਐਚ ਏ ਫਾਰ ਫਾਲਸ ਪ੍ਰੋਪਗੈਂਡਾ ਔਨ ਬੌਂਡਡ ਲੇਬਰ ਅਗੇਂਸਟ ਪੰਜਾਬ ਫਾਰਮਰਸ ਕਿ ਵੀ ਇਹ ਵੀ ਆਧਾਰ ਬਣਾ ਕੇ ਜਿਹੜਾ ਉਸ ਬਦਨਾਮ ਕੀਤਾ ਜਾ ਰਿਹਾ ਤਾਂ ਕਿ ਕਿਸਾਨੀ ਲਹਿਰ ਨੂੰ ਬਿਲਕੁਲ ਬਦਨਾਮ ਕੀਤਾ ਜਾਏ ਔਰ ਇਹੀ ਗੱਲ ਈਵਨ ਅਕਾਲੀ ਦਲ ਬਾਦਲ ਨੇ ਵੀ ਕਹੀ ਹੈ ਸੈਂਟਰਸ ਲੈਟਰ ਔਨ ਬੌਂਡਡ ਲੇਬਰ ਟੂ ਪੰਜਾਬ ਗਵਰਨਮੈਂਟ ਅਟੈਂਪਟ ਟੂ ਡੀਫੇਮ दे स्ट्रेट फार्मर्स तो ਹੁਣ ਇਸ ਲੈਵਲ ਦੇ ਜਿਹੜੇ ਘਟਿਆ ਹਤਕੰਡੇ ਨੇ ਉਹ ਵੀ ਅਪਣਾਏ ਜਾ ਰਹੇ ਨੇ ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਅ ਵਿਦਨ ਆਪਸ ਤੇ ਵਿੱਚ ਅਜੇ ਉਸ ਕਿਸਮ ਦਾ ਤਾਲਮੇਲ ਤਾਂ ਨਹੀਂ ਬਣਿਆ ਲੇਕਿਨ ਨੌਜਵਾਨੀ ਤੋਂ ਬਿਨਾ ਕਿਸਾਨ ਲਹਿਰ ਦਾ ਦੀ ਜਿਹੜੀ ਰੂਹ ਹੈ ਉਹ ਗਾਇਬ ਲੱਗਦੀ ਹੈ ਔਰ ਇਸ ਗੱਲ ਦਾ ਕਿਤੇ ਨਾ ਕਿਤੇ ਜਿਹੜੇ ਸੰਜੀਦਾ ਲੋਕ ਨੇ ਉਹਨਾਂ ਨੂੰ ਫਿਕਰ ਵੀ ਹੈ ਕਿ ਇਹ ਨਾ ਹੋਏ ਕਿ ਬਈ ਇਹ ਦਰਾਰ ਪਹਿਲਾਂ ਇੱਕ ਉਹ ਉਹਨਾਂ ਨੇ ਆਪਣੇ ਤਰੀਕੇ ਨਾਲ 26 ਜਨਵਰੀ ਤੱਕ ਪਹੁੰਚਦੇ ਆ ਕਿਵੇਂ ਦੋ ਖaime ਵੰਡੇ ਫਿਰ ਦੀਪ ਸਿੱਧੂ ਲਖਾ ਸਿਧਾਨਾ ਯੂਥ ਦਾ ਜਿਹ ਉਹਨੂੰ ਕਿਵੇਂ ਜਿਹੜਾ ਉਹ ਬਦਨਾਮ ਕੀਤਾ ਹੁਣ ਇਹ ਵੀ ਆ ਰਿਹਾ ਕਿ ਕਿਵੇਂ ਇਹਨਾਂ ਦੋਨਾਂ ਨੂੰ ਵੀ ਜਿਹੜਾ ਉਹ ਪੁਲੇ ਪਾਰਟ ਕਰਨ ਲਈ ਕੀ ਕੁਝ ਚੱਲ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਅਸੀਂ ਬੇਸ਼ੱਕ ਸਾਨੂੰ ਇਹ ਪਤਾ ਹੈ ਵੀ ਅਲਟੀਮੇਟਲੀ ਸੋਲੂਸ਼ਨ ਜਿਹੜਾ ਉਹ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਾਣ ਦੀ ਲੀਬਰੇਸ਼ਨ ਨਾਲ ਜੁੜਿਆ ਹੋਇਆ ਇਸ ਤੋਂ ਬਿਨਾ ਗੱਲ ਨਹੀਂ ਬਣਨੀ ਪਰ ਫਿਰ ਵੀ ਕਿਉਂਕਿ ਜਦੋਂ ਕੋਈ ਮੂਵਮੈਂਟ ਔਰ ਉਹ ਕਿਸਾਨ ਮੂਵਮੈਂਟ ਇੱਕ ਜਿਹਨੇ ਬਹੁਤ ਸਾਰੀ ਸਾਡੀ એનર્ਜੀ ਔਰ ਰਿਸੋਰਸ ਲਵਾਏ ਨੇ ਜੇ ਅਸੀਂ ਇਸ ਦੇ ਵਿੱਚ ਲੂਜ਼ਰ ਹੁੰਦੇ ਤਾਂ ਫਿਰ ਦੁਸ਼ਮਨ ਦੀ ਚੜਤ ਮੱਚੇਗੀ ਸੋ ਅਸੀਂ ਇਹ ਵੀ ਦੇਖਦੇ ਹਾਂ ਕਿ ਦੁਸ਼ਮਨ ਹਰ ਅਨਹੋਣੀ ਕਰ ਰਿਹਾ ਹਰ ਘਟਿਆ ਹਰਕਤ ਕਰ ਰਿਹਾ ਪਰ ਸਾਨੂੰ ਵੀ ਸਿਆਣਪ ਤੋਂ ਕੰਮ ਲੈ ਕੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਔਰ ਵੀਕਐਂਡ ਤੇ ਸੈਚਰਡੇ ਬੇਸ਼ੱਕ ਇੱਕ ਮੈਰਿਜ ਕੰਟੈਕਸਟ ਦੀ ਜਿਹਦੇ ਕਰਕੇ ਦਸ਼ਮੇਸ਼ ਦਰਬਾਰ ਕਾਰਟ੍ਰੇਡਸ ਅਸੀਂ ਆਲਮੋਸਟ ਸਾਰੀਆਂ ਹੀ ਜਥੇਬੰਦੀਆਂ ਦੇ ਨੁਮਾਇੰਦੇ ਉਸ ਦੇ ਵਿੱਚ ਸ਼ਮੂਲੀਅਤ ਜਿਨ੍ਹਾਂ ਨੇ ਕੀਤੀ ਉੱਥੇ ਵੀ ਐਡਰੈਸ ਕਰਦਿਆਂ ਮੈਂ ਇਹੀ ਕਿਹਾ ਸੀ ਕਿ ਭਾਈ ਇਸ ਵੇਲੇ ਜਵੇਂ ਵੱਡੇ ਕੱਲੂ ਕਾਰੇ ਵੇਲੇ ਜਿਹੜੀ ਕਾਲ ਸਰਦਾਰ ਜਸਪਾਲ ਸਿੰਘ ਆਲੂ ਵਾਲੀਆਂ ਨੇ ਦਿੱਤੀ ਸੀ ਕਿ ਮਿਸਲ ਵੰਡ ਅਬ ਕਬ ਹੂ ਨਾ ਪਾਓ ਰਲ ਮਿਲ ਕੇ ਇਹ ਪੰਥ ਬਚਾਓ ਅਜ ਵੀ ਸਾਡੀ ਅਪਰੋਚ ਜਿਹੜੀ ਹੈ ਉਹ ਠੀਕ ਹੈ ਆੜੜ ਜੱਥੇਬੰਦੀਆਂ ਦੇ ਥੱਲੇ ਹਰ ਇੱਕ ਨੇ ਪਿਛਲੀਆਂ 4 ਦਹਾਕੀਆਂ ਤੋਂ ਸਟਰਗਲ ਕੀਤੀ ਹੈ ਪਰ ਇਸ ਚੈਲੰਜ ਨੂੰ ਸਮਝੀਏ ਕਿ ਵੀ ਇਹ ਸਾਡੀ ਲੜਾਈ ਜਿਵੇਂ ਇਹ ਕਿਹਾ ਉੱਥੇ ਇਹ ਜੁਮਲਾ ਇਸਤੇਮਾਲ ਹੁੰਦੇ ਕਿ ਗੱਲ ਫਸਲਾਂ ਦੀ ਨਹੀਂ ਹੈ ਗੱਲ ਨਸਲਾਂ ਦੀ ਨਸਲਾਂ ਦੀ ਵੀ ਹੈ ਸੋ ਫਸਲਾਂ ਵੀ ਅਸੀਂ ਬਚਾਉਣੀਆਂ ਨੇ ਪਰ ਜੇ ਸਾਡੀਆਂ ਨਸਲਾਂ ਨਾ ਰਹੀਆਂ ਦੇ ਨਸਲਾਂ ਹਮੇਸ਼ਾ ਸਲੇਵਰੀ ਚ ਨਹੀਂ ਰਹਿੰਦੀਆਂ ਉਹ ਇੰਡੀਪੈਂਡੈਂਸ ਨਾਲ ਜੁੜੀਆਂ ਹੋਈਆਂ ਨੇ ਔਰ ਇਹਦੇ ਲਈ ਸਾਨੂੰ ਇਕਜੁੱਟ ਹੋ ਕੇ ਵੀ ਐਗਰੀ ਟੂ ਡਿਸਐਗਰੀ ਇਹ ਪਹੁੰਚ ਲੈ ਕੇ ਜਿਹੜਾ ਅੱਗੇ ਬਦਲਣਾ ਚਾਹੀਦਾ ਜੀ ਰਾਤ ਸਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਨੇ ਬ੍ਰੇਕ ਪ੍ਰੇਤ ਪਹਿਲਾ ਸੀ ਪੰਨਸ਼ਿਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ ਜਿਸਨਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚਰਦੀ ਕਲਾ ਲਈ ਵਾਤਵਾਦ ਜੁਨੇਟ ਕਰੋ ਜੁਨੇਟ ਕਰਾਂ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਜੁਨੇਟ ਕਰ ਸਕਦੇ ਹੋ ਮੰਥਲੀ ਜੁਨੇਟ ਵੀ ਕਰ ਸਕਦੇ ਹੋ ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ tv4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-0137 ਨਿਊ ਲੌਂਗਰੈਂਡ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈ ਵੀ ਸੰਪਰਕ ਕਰ ਸਕਦੇ ਹੋ ਸਾਡੇ ਇਸ ਫੋਨ ਨੰਬਰ ਤੇ 516 6191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ سپورਟ@tv4tv.tv ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸਵਥੇ ਲੈਨੇ ਬ੍ਰੇਕ ਈਵਰਸ ਦੁਸਰ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜੇ ਵਕਪੇ ਤੋਂ ਬਾਅਦ